ओंकार सत नाम कर्ता पुरुष निर्भव निर्वैर अकाल मूरत अजूनी जप आदि सच जुगाद सच है भी सच नानक ओसी भी सच आदि सच जुगाद सच है भी सच नानक ओसी भी सच आदि पूर्ण मध्य पूर्ण अंत पूर्ण परमेश्वर है सिमरंत संत सर्वतर रमणं नानक अघनाशन जगदीश्वर तुझे आगे अरदास हमारी जियो पिंड सब तेरा कौनानिक सब तेरी वड़ियाई कोई ना न जाने मेरा वाहिगुरु जी का खालसा वाहिगुरु जी की फतह। परम सत्कार योग गुरु रूप साध संगत जियो तन तन सतगुरु गुरु नानक देव निरंकार स्वरूप सचे पातशाह तन तन दसा पातशाह जी की जागदी जोत साहब श्री गुरु ग्रंथ साहब जी महाराज जिन्हां की कृपा दा सदका सत संगत दा मौलक समा प्राप्त होया है। गुरु दी हजूरी विच आप जी ने गुरमुख प्यारियां तो गुरु का जस वड़े कियां वड़ियाईयां गुरबाणी दा कीर्तन सुन के आनंद माणिया है। जिन्ना समा होर सतगुर बख्शदे ने अदब सत्कार श्रद्धा भावना मन विच रख के गुरु जी दे बख्शे हुए उपदेश बचन अमर इतिहास सरवण करिए मेहर करन सतगुरे समाए सुहास साडे सफले हो जाओ। महान बख्शिश होइए श्री गुरु ग्रंथ साहिब महाराज जी दी इस पावन पवित्र स्थान ते प्रबंधकां दे संगतां दे हुक्मनामे अनुसार ਤੁਹਾਡੇ ਦਰਸ਼ਨ ਮੇਲੇ ਕਰਨ ਦਾ ਗੁਰਮਤ ਦੀ ਰੋਸ਼ਨੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਕੇ ਬਚਨ ਸਾਂਝੇ ਕਰਨ ਦਾ ਸਮਾਂ ਬਖਸ਼ਿਸ਼ ਹੋਇਆ। ਗੁਰੂ ਜੀ ਦਾ ਗੁਰੂ ਦੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਇਹ ਜੋ ਸਮਾਂ 5-6 ਦਿਨ ਦਾ ਤੁਸੀਂ ਬਖਸ਼ਿਸ਼ ਕੀਤਾ ਹੈ ਇਹਦੇ ਵਿੱਚ ਦਾਸ ਨੇ ਤੁਹਾਡੇ ਨਾਲ ਆਪਣੀ ਗੱਲ ਕਰਨੀ ਹੈ ਕਿਸੇ ਦੀ ਗੱਲ ਨਹੀਂ ਕਰਨੀ। ਅਸੀਂ ਸਟੇਜਾਂ 'ਤੇ ਇਤਿਹਾਸ ਸੁਣਾਉਣਾ ਹੈ ਪੜ੍ਹਨਾ ਹੈ ਕਹਿਣਾ ਹੈ ਸੁਣਨਾ ਹੈ। ਗੁਰੂ ਕਿਆਂ ਦੇ ਇਤਿਹਾਸ ਸ਼ਹੀਦਾਂ ਸਿੰਘਾਂ ਦੇ ਇਤਿਹਾਸ ਅਮਰ ਕਥਾਵਾਂ ਸਾਡੇ ਕੋਲ ਭੰਡਾਰਾ ਹੈ ਅਸੀਂ ਉਹ ਵਿਚਾਰਨੇ। ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਗੱਲ ਕਰੋ ਸਾਹਿਬਜ਼ਾਦਿਆਂ ਦੀ ਗੱਲ ਕਰੋ ਪੰਚਮ ਪਾਤਸ਼ਾਹ ਦੀ ਕਰੋ ਗਿਆਨੀ ਮਨੀ ਸਿੰਘ ਜੀ ਦੀ ਕਰੋ ਸਮੂਹ ਸ਼ਹੀਦਾਂ ਦੀ ਕਰੋ। ਪਰ ਮਤਲਬ ਤਾਂ ਹੱਲ ਤਾਂ ਹੋਣਾ ਹੈ ਕਿ ਉਹਨਾਂ ਦੀ ਗੱਲ ਕਰਕੇ ਸੁਣ ਕੇ ਨਹੀਂ ਹੱਲ ਹੋਣਾ। ਮਤਲਬ
ਹਾਲ ਤਾਂ ਹੋਣਾ ਅਸੀਂ ਕਿੱਥੇ ਖੜੇ ਹਾਂ ਅੱਜ ਕੇ ਆਖੋ ਸਾ ਅਸੀਂ ਖੁਦ ਕੀ ਪੰਜਾਬੀ ਬੈਠੇ ਹੋ ਮੈਂ ਵੀ ਖੇਤੀ ਕਰਦਾ ਤੁਹਾਨੂੰ ਪਤਾ ਹੀ ਹੈ ਕਿਸੇ ਦਾ ਮੁੰਡਾ ਕਿਸੇ ਪਿੰਡ ਵਿੱਚ ਖੜ ਕੇ ਕਹੀ ਜਾਵੇ ਕਿ ਮੇਰਾ ਬਾਪ 35 ਕੁਇੰਟਲ ਜੀਰੀ ਕੱਢਦਾ ਸੀ ਕੀਲੇ 'ਚੋਂ ਮੇਰਾ ਬਾਪ 25 ਕੁਇੰਟਲ ਕਣਕ ਕੱਢਦਾ ਸੀ ਕੀਲੇ 'ਚੋਂ ਠੀਕ ਹੈ ਕੱਢਦਾ ਹੋਊਗਾ ਕਮਾਈ ਕੀਤੀ ਹੈ ਪਰ ਪਿੰਡ ਦੇ ਨੇ ਹੁਣ ਬਾਪ ਨਹੀਂ ਦੇਖਣਾ ਪਿੰਡ ਦੇ ਇਹ ਪੁੱਛਣਗੇ ਕਿ ਤੂੰ ਦੱਸ ਕਿੰਨੇ ਕੱਢਦਾ ਹੈ ਅੱਜ ਕੇ ਅਖੋ ਸਾਹਿਬ ਬਾਪੂ ਤਾਂ 35 ਕੁਇੰਟਲ ਕੱਢਦਾ ਸੀ ਅਤੇ ਤੇਰੇ ਖੇਤ ਵਿੱਚ ਗੁੱਲੀ ਡੱਡਾ ਖੜ੍ਹਾ ਕਣਕ ਦਿਖਦੀ ਉਹ ਨਹੀਂ ਕਿ ਉਸ ਬਾਪੂ ਦੇ 35 ਕੁਇੰਟਲ ਨਾਲ ਕੰਮ ਚੱਲ ਜੂਗਾ ਤਾਂ ਖਾ ਕੇ ਵੇਚ ਗਿਆ ਤੈਨੂੰ ਦੇ ਗਿਆ ਹੁਣ ਤਾਂ ਆਪਣੀ ਕਮਾਈ ਦੀ ਲੋੜ ਪਵੇਗੀ ਨਾ ਹਾਂ ਇਤਿਹਾਸ ਬਾਪ ਨੂੰ ਯਾਦ ਕਰੋ ਉਹਦੀ ਕਮਾਈ ਨੂੰ ਯਾਦ ਕਰੋ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਪੜ੍ਹਨਾ ਇਤਿਹਾਸ ਸੁਣਨੇ ਪਰ ਇੱਥੇ ਤੱਕ ਤਾਂ ਗੱਲ ਨਹੀਂ ਮੁੱਕਣੀ ਤੱਖੜੀ 'ਚ ਆਪਣੇ ਆਪ ਨੂੰ ਵੀ ਪਾਓ ਕਿ ਅਸੀਂ ਕਿਸ ਵਜ੍ਹਾ ਅਸੀਂ ਕਿੱਥੇ ਖੜ੍ਹੇ ਅਸੀਂ ਹੁਣ ਕੀ ਅਸੀਂ ਸਟੇਜਾਂ 'ਤੇ ਆਪਣਿਆਂ ਦੀ ਉਪਮਾ ਅਤੇ ਦੂਜਿਆਂ ਦੀ ਵਿਰੋਧ ਬਹੁਤ ਸਮਾਂ ਇਸੇ ਕੰਮ 'ਚ ਲੰਘ ਰਿਹਾ ਸਾਡਾ ਜੋ ਸਾਡੇ ਨੇ ਬਹੁਤ ਚੰਗੇ ਨੇ ਬੜਾ ਪਰਉਪਕਾਰ ਕੀਤਾ ਜੋ ਬਾਕੀ ਦੇ ਨੇ ਉਹਨਾਂ ਨੇ ਪਾਪੇ ਕੀਤੇ ਨੇ ਮਾੜਾ ਕੰਮ ਕੀਤਾ ਇਹ ਦੋਹਾਂ ਦਾ ਨਿਰਣਾ ਜ਼ਰੂਰੀ ਹੈ ਕਿਉਂਕਿ ਬਾਣੀ ਦਾ ਹੁਕਮ ਹੈ ਸੱਤੀ ਪਹਿਰੀ ਸੱਤ ਭਲਾ ਬਈਏ ਪੜ੍ਹੀਆਂ ਪੜ੍ਹਿਆਂ ਪਾਸ ਹੁਣ ਪਹਿਰ ਤਾਂ 8 ਹੁੰਦੇ ਨੇ ਗੁਰਮੁਖੋ ਇੱਥੇ 7 ਲਿਖੇ ਨੇ 8 ਪਹਿਰ ਹੁੰਦੇ ਦਿਨ ਰਾਤ ਮਹਾਰਾਜ ਕਹਿੰਦੇ 7 ਪਹਿਰ ਆਪਣੀ ਕਿਰਤ ਕਮਾਈ ਕਰ ਸੱਚੀ ਸੁੱਚੀ ਸੱਤ ਭਲਾ ਬਈਏ ਪੜ੍ਹਿਆਂ ਪਾਸ ਉੱਥੇ ਸਾਨੂੰ ਲਾਉਣਾ ਪਊਗਾ ਅਰਥ ਕਰਨ ਸਮੇਂ ਜਿਹੜਾ 8ਵਾਂ ਪਹਿਰ ਹੈ ਪੜ੍ਹਿਆਂ ਦੀ ਸੰਗਤ ਕਰ ਸੱਤੀ ਪਹਿਰੀ ਸੱਤ ਭਲਾ 8ਵੇਂ ਵਿੱਚ ਬਈਏ ਪੜ੍ਹਿਆਂ ਪਾਸ ਪਰ ਪੜ੍ਹੇ ਵੇ ਕਹੇ ਜੇ ਹੋਣ ਜਿੱਥੇ MLA ਬਣਾਉਣ ਦੀ ਗੱਲ ਹੋਵੇ ਚੇਅਰਮੈਨ ਬਣਨ ਦੀ ਨਾ 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 ਬਿਜਨਸ ਦੀ ਗੱਲ ਹੋਵੇ ਨਹੀਂ ਜਿੱਥੇ ਪਾਪ ਪੁੰਨ ਵਿਚਾਰੀਏ ਉਹਨਾਂ ਪੜ੍ਹਿਆਂ ਦੀ ਸੰਗਤ ਕਰ ਜਿਹੜੇ ਪੜ੍ਹੇ ਹੋਏ ਤੈਨੂੰ ਨਿਰਣਾ ਕਰ ਦੇਣ ਕਿ ਸੱਚ ਕੀ ਹੈ ਅਤੇ ਝੂਠ ਕੀ ਕੂੜੇ ਕੱਟੇ ਰਾਸ ਸੱਚ ਅਤੇ ਝੂਠ ਦਾ ਨਿਰਣਾ ਜਿੱਥੇ ਹੁੰਦਾ ਹੋਵੇ ਉਹਨਾਂ ਕੋਲ ਇੱਕ ਪਹਿਰ 3 ਘੰਟੇ ਸੰਗਤ ਕਰਨ ਦਾ ਸਾਨੂੰ ਹੁਕਮ ਹੈ 7 ਪਹਿਰ ਆਪਣੀ ਕਮਾਈ ਕਰੋ ਪਰ ਜਿੱਥੇ ਸੱਚ ਅਤੇ ਝੂਠ ਪਾਪ ਅਤੇ ਪੁੰਨ ਦੀ ਵਿਚਾਰ ਹੁੰਦੀ ਉਹਨਾਂ ਦੀ ਸੰਗਤ ਜ਼ਰੂਰੀ ਹੈ ਪੜ੍ਹੋ ਇਤਿਹਾਸ ਪਰ ਉਹਨਾਂ ਦੀ ਸੱਚਿਆਂ ਦੀ ਸੰਗਤ ਕਰਕੇ ਬਚਨ ਸੁਣ ਕੇ ਪਾਪ ਕੀ ਹੈ ਪੁੰਨ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਤੂੰ ਥਰਮਾਮੀਟਰ 'ਤੇ ਆਪਣੇ ਲਾਉਣਾ ਕਿ ਮੇਰੇ ਕੋਲ ਦੋਹਾਂ ਵਿੱਚੋਂ ਕੀ ਚੀਜ਼ ਹੈ ਮੇਰੇ ਕੋਲ ਸੱਚ ਹੈ ਕਿ ਝੂਠ ਹੈ ਮੇਰੇ ਕੋਲ ਪਾਪ ਹੈ ਕਿ ਪੁੰਨ ਹੈ ਮੈਂ ਧਰਮ ਦੇ ਮਾਰਗ 'ਤੇ ਚੱਲਦੇ ਹਾਂ ਕਿ ਕੁਮਾਰਗ 'ਤੇ ਚੱਲਦਾ ਉਹਨਾਂ ਦੀ ਗੱਲ ਸੁਣੀ ਅਤੇ ਬਸ ਕੰਨਾਂ 'ਚੋਂ ਕੱਢ ਦਿੱਤੀ ਫਿਰ ਤਾਂ ਗੱਲ ਨਹੀਂ ਬਣਨੀ ਆਪਣੇ ਆਪ ਨੂੰ ਵੇਖੋ ਇਹ ਹੁਣ ਅੱਜ ਸ੍ਰਿਸ਼ਟੀ ਦਾ ਰਿਵਾਜ਼ ਹੈ ਆਪਾਂ ਕਹਿੰਦੇ ਫਲਾਣੇ ਨੂੰ ਹਾਰਟ ਅਟੈਕ ਹੈ ਡਾਇਬਟੀ ਹੋਈ ਵੀ ਹੈ ਕੈਂਸਰ ਹੋਇਆ ਵੈ ਉਹਦੇ ਗੋਡੇ ਦੁਖਦੇ ਨੇ ਇੱਥੇ ਹੀ ਮੈਂ ਤੁਹਾਡੇ ਨਾਲ ਵਿਚਾਰ ਆਰੰਭ ਕਰਨ ਲੱਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੁਕਮ ਹੈ ਕਿ ਜੋ ਜੋ ਦੀਸੈ ਸੋ ਸੋ ਰੋਗੀ ਜਿਹਨੂੰ ਤੇਰੀ ਅੱਖ ਦੇਖ ਸਕਦੀ ਹੈ ਬੰਦਾ ਹੀ ਨਹੀਂ ਭਾਵੇਂ ਉਹ ਦਰਖਤ ਹੈ ਭਾਵੇਂ ਪਸ਼ੂ ਹੈ ਇੱਥੇ ਤੱਕ ਭਾਵੇਂ ਉਹ ਪੱਥਰ ਹੈ ਭਾਵੇਂ ਉਹ ਲੀਕੁਇਡ ਪਾਣੀ ਹੈ ਦਰਿਆ ਹੈ ਜਿਹਨੂੰ ਤੇਰੀ ਅੱਖ ਦੇਖ ਸਕਦੀ ਹੈ ਦੇਖ ਰਹੀ ਹੈ ਉਹ ਰੋਗੀ ਹੈ ਕਿੱਡਾ ਵੱਡਾ ਫੈਸਲਾ ਦਿੱਤਾ ਹੈ ਗੁਰੂ ਜੀ ਜੋ ਜੋ ਦੀਸੈ ਸੋ ਸੋ ਰੋਗੀ ਸਿੱਖਾਂ ਨੇ ਪੁੱਛਿਆ ਮਹਾਰਾਜ ਰੋਗ ਤੋਂ ਰਹਿਤ ਵੀ ਹੈ ਕੋਈ
ਦੋ ਨੇ ਰੋਗ ਤੋਂ ਰਹਿਤ ਭਾਈ ਟਕਸਾਲ ਦਾ ਜੋ ਅਰਥ ਹੈ ਮਨ ਘੜਤ ਅਰਥ ਨਹੀਂ ਕਰਨੇ ਰੋਗ ਰਹਿਤ ਮੇਰਾ ਸਤਿਗੁਰ ਇੱਥੇ ਵਿਸਰਾਮ ਹੈ ਜੋਗੀ ਸ਼ਬਦ ਜੁਦੈ ਜੋਗੀ ਹੁਣ ਤਾਂ ਮੇਰੇ ਵਰਗੇ ਭਾਈ ਗੁਰਮੁਖ ਪਿਆਰੇ ਉਹ ਸਤਿਗੁਰ ਨੂੰ ਇਹ ਜੋਗੀ ਬਣਾਈ ਜਾਂਦੇ ਹੈ ਅਜਖੇ ਅਖੋ ਸਤਨਾਮ ਜਿਹਨਾਂ ਜੋਗ ਮਤਾਂ ਵਿੱਚੋਂ ਸਾਨੂੰ ਸਤਿਗੁਰਾਂ ਨੇ ਕੱਢਿਆ ਸਤਿਗੁਰ ਨੂੰ ਇਹ ਜੋਗੀ ਬਣਾ ਤਾ ਜੋਗ ਸ਼ਬਦ ਦਾ ਅਰਥ ਹੈ ਜੁੜਨਾ ਬਾਬਾ ਜੁਗਤਾ ਜੀ ਉਹ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗਮ ਯੋਗ ਤੋਂ ਦੋ ਸ਼ਬਦ ਮਿਲਣੇ ਨੇ ਤੁਹਾਡੇ ਪੰਜਾਬੀ ਦੇ ਸੰਯੋਗ ਤੇ ਵਿਯੋਗ ਦੇਖੋ ਗੱਭੇ ਯੋਗ ਸ਼ਬਦ ਹੈ ਸੰਯੋਗ ਵਿਯੋਗ ਸ਼ੁਭ ਜੁੜਨਾ ਅਸ਼ੁਭ ਜੁੜਨਾ ਇਸ ਤੋਂ ਬਣਿਆ ਯੋਗੀ ਯੋਗ ਦਾ ਅਰਥ ਹੈ ਮਿਲਣਾ ਯੋਗੀ ਦਾ ਅਰਥ ਹੈ ਮਿਲਿਆ ਹੋਇਆ ਗ੍ਰਾਮੈਟੀਕਲੀ ਨੋਟ ਕਰਿਓ ਯੋਗੀ ਕੌਣ ਹੁੰਦਾ ਹੈ ਜੋ ਮਿਲ ਚੁੱਕਿਆ ਹੈ ਯੋਗ ਮਿਲਣਾ ਯੋਗੀ ਮਿਲਿਆ ਹੋਇਆ ਇਹਨੂੰ ਸਿੱਧੀ ਪੰਜਾਬੀ ਵਿੱਚ ਕਹੋ ਇੱਕ ਭੁੱਖ ਸ਼ਬਦ ਹੈ ਨਾ ਭੁੱਖ ਸ਼ਬਦ ਇੱਕ ਭੁੱਖ ਹੈ ਭੁੱਖਾ ਕੌਣ ਹੁੰਦਾ ਜਿਹਨੂੰ ਭੁੱਖ ਲੱਗੀ ਵੀ ਹੋਵੇ ਅਜਕੇ ਅਖੋ ਸਤਨਾਮ ਇੱਕ ਰੋਗ ਸ਼ਬਦ ਹੈ ਬਿਮਾਰੀ ਇੱਕ ਰੋਗੀ ਜਿਹਨੂੰ ਰੋਗ ਲੱਗਿਆ ਵਾ ਹੋਵੇ ਇਸੇ ਤਰ੍ਹਾਂ ਯੋਗ ਸ਼ਬਦ ਦਾ ਅਰਥ ਹੈ ਮਿਲਣਾ ਯੋਗੀ ਜਿਹੜਾ ਮਿਲ ਚੁੱਕਿਆ ਇਹ ਦੋ ਰੋਗ ਤੋਂ ਰਹਿਤ ਨੇ ਕੌਣ ਇੱਕ ਸੱਚਾ ਸਤਿਗੁਰ ਉਹ ਰੋਗ ਤੋਂ ਰਹਿਤ ਇੱਕ ਯੋਗੀ ਜਿਹੜਾ ਉਹਨੂੰ ਮਿਲ ਗਿਆ ਉਹ ਵੀ ਰੋਗ ਤੋਂ ਰਹਿਤ ਇਹਦਾ ਪ੍ਰਮਾਣ ਹੋਰ ਲੈ ਲਓ ਸਭ ਕੁਝ ਵਿਨਾਸ਼ਕਾਲ ਹੈ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਜੋ ਤੇਰੀ ਅੱਖ ਦੇਖ ਰਹੀ ਹੈ ਮਿਥੇ ਹੈ ਸਿਆਣੇ ਸੁਣਦੇ ਹੋ ਵਿਦਾਂਤ ਦੀ ਗੱਲ ਕਹਿਣ ਲੱਗੇ ਜੋ ਸਾਨੂੰ ਦਿਖਦਾ ਹੈ ਇਹ ਝੂਠ ਕਿਉਂ ਹੈ ਮਿਥਿਆ ਕਿਉਂ ਹੈ ਇਹਨੂੰ ਸਮਝਿਓ ਜੋ ਸਾਡੀ ਅੱਖ ਦੇਖ ਰਹੀ ਹੈ ਦੇਖ ਰਹੇ ਹੈ ਝੂਠ ਹੈ ਪਿਆਰ ਵਿੱਚ ਆ ਕੇ ਸਮਝਿਓ ਕਿਉਂ ਝੂਠ ਦਿਖ ਰਿਹਾ ਸਾਨੂੰ ਕਿਉਂ ਝੂਠ ਕੇ ਹੈ ਕਿਉਂਕਿ ਆਪਾਂ ਦੇਖਣ ਵਾਲੇ ਖੁਦ ਝੂਠ ਹੈ ਜਦੋਂ ਦੇਖਣ ਵਾਲਾ ਹੀ ਝੂਠ ਹੈ ਤਾਂ ਉਹਨੂੰ ਸੱਚ ਕਿੱਥੇ ਦਿਖੂਗਾ ਕਾਲੀਆਂ ਐਨਕਾਂ ਲਾਈਆਂ ਨੇ ਚਮੇਲੀ ਦਾ ਫੁੱਲ ਕਿੰਨਾ ਹੀ ਚਿੱਟਾ ਹੋਵੇ ਉਹਨੂੰ ਕਦੇ ਚਿੱਟਾ ਨਹੀਂ ਦਿਖੂ ਹੁਣ ਉਹ ਵੀ ਕਾਲਾ ਦਿਖੂ ਅਸੀਂ ਖੁਦ ਝੂਠ ਹੈ ਜੋ ਸਾਨੂੰ ਦਿਖ ਰਿਹਾ ਹੈ ਝੂਠ ਅਤੇ ਇੱਥੇ ਬਚਨ ਆਇਆ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਇੱਕ ਸੱਚਾ ਸਤਿਗੁਰ ਇੱਕ ਜਿਹੜਾ ਉਹਨੂੰ ਮਿਲ ਗਿਆ ਇੱਕ ਵਾਹਿਗੁਰੂ ਸਦਾ ਰਹਿਣ ਵਾਲਾ ਇੱਕ ਦੂਜਾ ਵੀ ਹੈ ਗੁਰਮੁਖ ਪਿਆਰਿਓ ਸਦਾ ਰਹਿਣ ਵਾਲੀਆਂ ਦੋ ਚੀਜ਼ਾਂ ਨੇ ਨਹਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸ਼ੀ ਇੱਕ ਤਾਂ ਵਾਹਿਗੁਰੂ ਆਪ ਸਦਾ ਰਹਿਣ ਵਾਲਾ ਹੈ ਇੱਕ ਜਿਹੜਾ ਉਹਦਾ ਬਣ ਗਿਆ ਉਹ ਵੀ ਸਦਾ ਹੀ ਰਹੂਗਾ ਅੱਜ ਕੇ ਆਖੋ ਸਤ ਮੈਨੂੰ ਤਾਂ 2 ਸਾਲ ਹੋ ਗਏ ਤੁਹਾਡੇ ਚਰਨਾਂ 'ਚ ਆਇਆਂ ਨੂੰ ਪਰ ਕੁਛ ਗੱਲਾਂ ਕਰਦੇ ਹਾਂ ਕਹਿੰਦੇ ਮੌਸਮ ਬਦਲ ਗਈ ਵਰਲਡ ਲੈਵਲ 'ਤੇ ਮੈਨੂੰ ਤੁਸੀਂ ਵੀ ਬਦਲੇ ਲੱਗਦੇ ਹੋ ਕਾਹਤੇ ਵਾਹਿਗੁਰੂ ਕਹਿਣਾ ਹੀ ਛੱਡਤਾ ਅੱਜ ਕੇ ਆਖੋ ਸਤਨਾਮ ਕੋਈ ਅਦਲਾ ਬਦਲੀ ਹੋਈ ਹੋਈ ਹੈ ਥੋੜ੍ਹੀ ਜਿਹੀ ਇਹ ਜਿਹੜਾ ਤੁਹਾਤੋਂ ਵਾਹਿਗੁਰੂ ਅਸੀਂ ਸੇਵਾਦਾਰ ਕਹਾਉਂਦੇ ਹਾਂ ਤੁਹਾਡੇ ਭਲੇ ਵਾਸਤੇ ਸਾਡਾ ਭਲਾ ਨਹੀਂ ਇਹਦੇ ਵਿੱਚ ਜਪ ਮਨ ਸਤਨਾਮ ਸਦਾ ਸਤ ਹੁਣ ਜੋ ਜੋ ਦੀਸੈ ਸੋ ਸੋ ਰੋਗੀ ਇੱਥੇ ਤੁਹਾਨੂੰ ਸ਼ੰਕਾ ਪੈਦਾ ਹੋਵੇਗੀ ਕਿ ਸਾਰੇ ਰੋਗੀ ਨੇ ਸ਼ਾਇਦ ਹਾਲ ਵਿੱਚ ਜਿੰਨੀ ਸੰਗਤ ਬੈਠੀ ਹੈ ਇਹਦੇ ਵਿੱਚੋਂ ਵੀ ਇੱਕ ਅੱਧਾ ਅਰੋਗ ਮਿਲ ਜਾਵੇ ਜਿਹਨੂੰ ਕੋਈ ਰੋਗ ਨਾ ਹੋਵੇ ਇਹਨੂੰ ਹੁਣ ਸਮਝਣਾ ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਗੁਰਮੁਖ ਪਿਆਰਿਓ 1 ਲੱਖ ਬੰਦਾ ਸਰੀਰ ਵਿੱਚ ਇਕੱਠਾ ਕਰੋ ਹੋ ਸਕਦਾ ਕਿ 400-500 ਬੰਦਾ ਐਸਾ ਲੱਭੇ ਜਿਹਨੂੰ ਤਨ ਦਾ ਕੋਈ ਰੋਗ ਨਹੀਂ ਹੋਊਗਾ ਮਿਲ ਸਕਦਾ ਜਿਨ੍ਹਾਂ ਨੂੰ ਸਰੀਰ ਦਾ ਕੋਈ ਰੋਗ ਨਹੀਂ 1 ਲੱਖ ਬੰਦੇ 'ਚੋਂ 500 ਬੰਦਾ ਲੱਭ ਸਕਦਾ ਜਿਹਨੂੰ ਤਨ ਦਾ ਰੋਗ ਨਾ ਹੋ ਪਰ 1 ਕਰੋੜ ਬੰਦਾ ਇਕੱਠਾ ਕਰੋ
ਤੁਹਾਨੂੰ ਇੱਕ ਵੀ ਲੱਭਣਾ ਔਖਾ ਜਿਹਨੂੰ ਮਨ ਦਾ ਰੋਗ ਨਾ ਹੋਵੇ। ਅੱਜ ਕੇ ਆਖੋ ਸਾ ਇੱਕ ਕਰੋੜ ਵਿੱਚੋਂ ਇੱਕ ਕੋਟਨ ਮੈਂ ਕਹੂ ਬਸ ਕਰੋੜ ਵਿੱਚੋਂ ਇੱਕ ਲੱਭਣਾ ਔਖਾ ਜਿਹੜਾ ਮਨ ਦਾ ਰੋਗੀ ਨਾ ਹੋ। ਤਨ ਦੇ ਅਰੋਗ ਸਾਨੂੰ ਮਿਲ ਸਕਦੇ, ਮਨ ਦਾ ਅਰੋਗ ਮਿਲਣਾ ਮੈਂ ਸਾਫ਼ ਪੰਜਾਬੀਓ ਬੋਲਦੇ ਕਿ ਆਪਣੀ ਤਾਂ ਗੱਲ ਛੱਡੋ, ਮਹਾਂਪੁਰਸ਼ਾਂ ਵਿੱਚੋਂ ਵੀ ਕੋਈ ਵਿਰਲਾ ਹੀ ਹੁੰਦਾ ਹੈ ਜਿਹਨੂੰ ਮਨ ਦਾ ਰੋਗ ਨਾ ਹੋਵੇ, ਜਿਹਨੂੰ ਮਾਨਸਿਕ ਰੋਗ ਨਾ ਹੋਵੇ। ਕੀ ਰੋਗ ਨੇ ਮਨ ਦੇ? ਈਰਖਾ ਮਨ ਦਾ ਰੋਗ ਹੈ, ਜੈਲਸੀ ਭਾਵ ਮਨ ਦਾ ਰੋਗ ਹੈ, ਦੁਆਇਸ਼ ਮਨ ਦਾ ਰੋਗ ਹੈ ਗੁਰਸਿੱਖ ਪਿਆਰ, ਨਿੰਦਾ ਮਨ ਦਾ ਰੋਗ ਹੈ, ਤਨ ਦਾ ਰੋਗ ਨਹੀਂ ਹੈ। ਹੁਣ ਇੱਕ ਪੰਜਾਬੀ ਦੇਣ ਲੱਗੇ ਤੁਹਾਨੂੰ ਮਿਲਾ ਮਿਸਾਲ, ਕਿਉਂਕਿ ਛੇਤੀ ਸਮਝ ਆ ਜਾਓ। ਜਿਹੜੀ ਆਪਾਂ ਕਰਦੇ ਹਾਂ ਇਹ ਵੀ ਮੈਂ ਬੇਨਤੀ ਕਰਦਾ ਕਿ ਸਾਡੇ ਵਿਦਵਾਨਾਂ ਨੂੰ ਗੁਰਬਾਣੀ ਨੂੰ ਕੰਪਲੀਕੇਸ਼ਨ 'ਚ ਨਹੀਂ ਪਾਉਣਾ ਚਾਹੀਦਾ, ਗੁੰਝਲਦਾਰ ਅਰਥਾਂ ਵਿੱਚ ਨਹੀਂ ਲਿਜਾਉਣਾ ਚਾਹੀਦਾ। ਜਿਹੜੇ ਸਾਦੇ ਅਰਥ ਹੋਣ ਸਭ ਦੇ ਸਮਝ ਆ ਜਾਣ, ਇਹ ਗੁਰੂ ਜੀ ਨੇ ਤਰੀਕਾ ਵਰਤਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੁਹਾਡੇ ਘਰ ਦੀਆਂ ਚੀਜ਼ਾਂ ਦਾ ਪ੍ਰਮਾਣ ਦਿੱਤਾ, ਬਾਹਰੋਂ ਦਿੱਤਾ ਹੀ ਕੋਈ ਨਹੀਂ। 6 ਰੁੱਤਾਂ ਦਾ ਦਿੱਤਾ, 12 ਮਹੀਨਿਆਂ ਦਾ ਦਿੱਤਾ, 15 ਥਿੱਤਾਂ ਦਾ ਦਿੱਤਾ। ਜੋ ਰੂਟੀਨ ਲਾਈਫ ਵਿੱਚ ਅਸੀਂ ਵਰਤ ਰਹੇ ਹਾਂ ਜੀਵਨ ਵਿੱਚ, ਪਸ਼ੂ ਕੀ ਨੇ, ਧਰਤੀ ਕੀ ਹੈ, ਹਵਾ ਪਾਣੀ ਕੀ ਹੈ, ਜੋ ਨਿੱਤ ਦੀ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦਾ ਪ੍ਰਮਾਣ ਗੁਰਬਾਣੀ ਵਿੱਚ ਦਿੱਤਾ। ਅਸੀਂ ਥੋੜ੍ਹੇ ਜਿਹੇ ਹਉਮੇ ਵਿੱਚ ਆ ਜਾਂਦੇ ਕਿ ਸੁਣਨ ਵਾਲਾ ਮੈਨੂੰ ਵਿਦਵਾਨ ਕਵੇ, ਬਾਣੀ ਨੂੰ ਡੰਘਿਆਈ ਵਿੱਚ ਲੈ ਜਾਂਦੇ, ਜਿਹੜੀ ਹਰ ਬਸ਼ਰ ਦੇ ਵਸ ਦਾ ਕੰਮ ਨਹੀਂ, ਸਾਦੀ ਚੀਜ਼। ਹੁਣ ਸਾਦਾ ਪ੍ਰਮਾਣ ਸਰੋਂ ਮਨ ਦਾ ਰੋਗ ਕੀ ਹੁੰਦਾ? ਥਰਮਾਮੀਟਰ ਆਪਾਂ ਨੇ ਆਪ ਲਾਉਣਾ ਕਿ ਮੈਨੂੰ ਵੀ ਹੈ ਕਿ ਨਹੀਂ? ਗੁਰਮੁਖ ਪਿਆਰੇ ਹੋ, ਕਣਕਾਂ ਬੀਜਦੇ ਨਾ, ਹੁਣ ਵੱਢੀਆਂ ਆਪਾਂ ਨੇ, ਸਵੇਰੇ ਜਾਂਦਾ ਜੱਟ ਖੇਤਾਂ ਵੱਲ ਗੇੜਾ ਲਾਉਣ, ਜੇ ਤਾਂ ਉਹਦੀ ਕਣਕ ਵਿੱਚ ਝੋਟਾ ਖਾਂਦਾ ਹੋਵੇ ਫਿਰ ਤਾਂ ਘਰ ਜਾ ਕੇ ਸਾਂਘਾ ਲਿਆਊਗਾ, ਗੰਡਾਸੀ ਲਿਆਊਗਾ ਅਤੇ ਮਾਰ ਮਾਰ ਕੇ ਉਹਨੂੰ ਬੰਨਾ ਟਪਾ ਕੇ ਆਊਗਾ। ਕਰਦੇ ਹੋ ਨਾ ਆਪ? ਆਪਾਂ ਕਰਦੇ ਹਾਂ, ਮੇਰੀ ਫਸਲ ਉਜਾੜ ਦਿੱਤੀ, ਬੰਨਾ ਟਪਾ ਕੇ ਆਊਗਾ। ਹੁਣ ਮਨ ਦਾ ਰੋਗ ਸੁਣੋ, ਜੇ ਗੁਆਂਢੀ ਦੇ ਖਾਂਦਾ ਹੋਵੇ ਨਾ ਝੋਟਾ, ਫਿਰ ਜੱਟ ਕੋਲ ਨੂੰ ਹੌਲੀ ਦੇ ਕੇ ਕਹਿ ਕੇ ਲੰਘਦਾ ਹੈ, ਦੇਵਤਿਆ ਲਾ ਲੈ ਗੱਫੇ, ਅੱਜ ਕੇ ਆਖੋ ਸਤਨਾਮ। ਸਮਝ ਗਏ ਮਨ ਦਾ ਰੋਗ ਕੀ ਹੁੰਦਾ? ਆਪਣੇ ਖੇਤ ਵਿੱਚ ਝੋਟਾ ਦਿਖਦਾ, ਗੁਆਂਢੀ ਦੇ ਖੇਤ ਵਿੱਚ ਦੇਵਤਾ ਦਿਖਦਾ। ਹੁਣ ਰੱਜ ਕੇ ਨਿਕਲੀ, ਬਚੋ, ਇਹ ਹੈ ਮਨ ਦਾ ਰੋਗ, ਇਹ 'ਚੋਂ ਕੋਈ ਵਿਰਲਾ ਹੀ। ਆ ਮੇਰੇ ਚਾਚੇ ਤਾਏ ਬੈਠੇ ਨੇ ਬਜ਼ੁਰਗ, ਮੈਂ ਵੀ ਬੁਢਾਏ, ਹੁਣ ਕੋਈ ਪਿੰਡ 'ਚ ਮਕਾਨ ਬਣਾਉਣ ਲੱਗ ਜਾਵੇ ਨਾ, ਇੱਟਾਂ ਢੋਂਦਾ ਹੋਵੇ, ਪਿੱਪਲ ਹੇਠ ਬੈਠੇ ਕਹੀ ਜਾਣਗੇ ਇੱਟਾਂ ਹੀ ਢੋਈ ਜਾਂਦਾ, ਪਤਾ ਨਹੀਂ ਇਹਨੇ ਕਿਆ ਕਰਨੀ ਹੈ, ਵੀ ਕਿਸੇ ਕੰਧ ਨੂੰ ਲਾਊਗਾ, ਤੁਹਾਡੇ ਪਰ ਤਾਂ ਨਹੀਂ ਲਾਉਂਦਾ। ਅੱਜ ਕੇ ਆਖੋ ਸਤਨਾਮੇ, ਮਨ ਦੇ ਰੋਗ ਨੇ, ਇਹਨਾਂ ਤੋਂ ਕੋਈ ਵਿਰਲਾ ਹੀ ਬਚੇ। ਮੈਂ ਦੁਬਾਰਾ ਰਿਪੀਟ ਕਰਦਾ, ਕੋਈ ਮਹਾਂਪੁਰਖ ਰੱਬ ਦਾ ਪਿਆਰਾ ਵੀ ਵਿਰਲਾ ਹੀ ਬਚੇ ਮਨ ਦੇ ਰੋਗ। ਜੋ ਜੋ ਦਿਸੈ ਸੋ ਸੋ ਰੋਗੀ। ਹੁਣ ਜਿੱਥੇ ਇਹ ਬਚਨ ਕਿਹਾ ਉੱਥੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੇ ਰੋਗਾਂ ਦੇ ਨਾਂ ਵੀ ਲਿਖੇ ਨੇ, ਸਭ ਰੋਗਾਂ ਦੇ ਨਾਂ ਨੇ ਵਿੱਚ। ਉਹਨਾਂ ਰੋਗਾਂ ਦੇ ਨਾਵਾਂ ਵਿੱਚੋਂ 2 ਰੋਗ ਐਸੇ ਚੁਣੇ ਨੇ ਜਿਨ੍ਹਾਂ ਨੂੰ ਅਸਾਧ ਕਿਹਾ ਗੁਰੂ ਗ੍ਰੰਥ ਸਾਹਿਬ। ਵੱਡੇ ਰੋਗ 2 ਗਿਣੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਭ ਤੋਂ ਭਾਰੀ 2। 3 ਤਰ੍ਹਾਂ ਦੇ ਰੋਗ ਹੁੰਦੇ ਹੈ, ਸਾਧੇ ਰੋਗ, ਕਠਿਨ ਸਾਧੇ ਰੋਗ, ਅਸਾਧੇ ਰੋਗ। ਇੱਕ ਆਮ ਹੁੰਦੇ ਹੈ, ਸਿਰ ਦੁਖਣ ਲੱਗ ਗਿਆ ਕਰੋਸੀਨ ਦੀ ਗੋਲੀ ਲੈ ਲਓ, ਇੱਕ ਔਖੇ ਇੰਜੈਕਸ਼ਨ ਆਪਰੇਸ਼ਨ ਨਾਲ ਹੁੰਦੇ ਨੇ ਠੀਕ, ਇੱਕ ਹੁੰਦੇ ਹੀ ਨਹੀਂ, ਉਹਨਾਂ ਨੂੰ ਅਸਾਧੇ ਰੋਗ ਕਹਿੰਦੇ ਨੇ। ਉਹ ਅਸਾਧੇ ਰੋਗ 2 ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰਸਿੱਖ ਪਿਆਰਿਓ, ਮੈਂ ਬੇਨਤੀ ਸ਼ੁਰੂ ਕੀਤੀ, ਆਪਾਂ ਨੇ ਆਪਣੀ ਗੱਲ ਕਰਨੀ ਹੈ,
ਆਪਣੇ ਆਪ ਨੂੰ ਥਰਮਾਮੀਟਰ ਲਾਉਣਾ ਮੈਂ ਕੀ ਹੈ, ਕਿਤੇ ਸਾਰੀ ਜ਼ਿੰਦਗੀ ਦੂਜਿਆਂ ਨੂੰ ਇਹ ਤਾਪ ਦੇਖਦੇ ਨਾ ਲੰਘ ਜਾਵੇ ਮੈਂ ਕੀ। ਪ੍ਰੇਮੀਓ, ਉਹ ਦੋ ਰੋਗ ਜਿਹੜੇ ਵੱਡੇ ਲਿਖੇ ਨੇ ਅਸਾਧ, ਉਹਨਾਂ ਵਿੱਚੋਂ ਇੱਕ ਤ੍ਰਿਸ਼ਨਾ ਹੈ, ਇੱਕ ਹਉਮੈ ਹੈ। ਇਹ ਮਹਾਨ ਰੋਗ ਨੇ ਸਾਰੇ ਰੋਗਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚ। ਤ੍ਰਿਸ਼ਨਾ ਨੂੰ ਕੀ ਲਿਖਿਆ ਗੁਰੂ ਮਹਾਰਾਜ ਨੇ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਸਭ ਤੋਂ ਵੱਡਾ ਰੋਗ ਹੈ ਤ੍ਰਿਸ਼ਨਾ, ਸਭ ਤੋਂ ਵੱਡਾ। ਅਸੀਂ ਅਰਥ ਕਰ ਜਾਂਦੇ ਹਉਮੈ ਵੱਡਾ ਰੋਗ ਹੈ, ਨਹੀਂ, ਹਉਮੈ ਦੀਰਘ। ਦੀਰਘ ਸੰਸਕ੍ਰਿਤ ਦਾ ਸ਼ਬਦ ਹੈ, ਡੂੰਘਾ, ਪੁਰਾਣਾ, ਲੰਮਾ। ਥੋੜ੍ਹੇ ਯਾਦ ਆ ਜਾਣੇ, ਤੇਰੀ ਦੀਰਘ ਉਮਰ ਹੋਵੇ, ਦੀਰਘ ਦਰਸ਼ੀ, ਲੰਮੀ। ਦੀਰਘ ਅਰਥ ਹੈ ਪੁਰਾਣਾ, ਲੰਮਾ। ਸਭ ਤੋਂ ਵੱਡਾ ਰੋਗ ਹੈ ਗੁਰਮੁਖ ਪਿਆਰੇ, ਉਹ ਤ੍ਰਿਸ਼ਨਾ। ਇਹ ਤ੍ਰਿਸ਼ਨਾ ਵੱਡਾ ਰੋਗ, ਇਹਦਾ ਖਤਰਾ ਸੁਣੋ ਕੀ ਹੈ। ਅੱਧੀ ਤੁਕ ਵਿੱਚ ਖਤਰਾ ਹੈ, ਹਾਰਟ ਅਟੈਕ ਦਾ ਤੁਹਾਨੂੰ ਪਤਾ ਹੀ ਹੈ ਖਤਰਾ ਕੀ ਹੁੰਦਾ, ਸਭ ਨੂੰ ਪਤਾ, ਕੈਂਸਰ ਦਾ ਪਤਾ। ਤ੍ਰਿਸ਼ਨਾ ਦਾ ਮੇਰੇ ਗੁਰੂ ਅਮਰਦਾਸ ਦੱਸ ਰਹੇ ਨੇ ਕੀ ਖਤਰਾ। ਵਾਹਿਗੁਰੂ ਨਾ ਕਰੇ ਕਿਸੇ ਨੂੰ ਵੱਡਾ ਕੋਈ ਰੋਗ ਲੱਗ ਜਾਵੇ ਨਾ, ਖਤਰਨਾਕ, ਹਾਰਟ ਅਟੈਕ, ਡਾਇਬਟੀਜ਼, ਕੈਂਸਰ, ਉਸ ਬੰਦੇ ਨੂੰ ਮੌਤ ਯਾਦ ਆਉਣ ਲੱਗ ਜਾਂਦੀ ਹੈ, ਮੇਰਾ ਕੋਈ ਪਤਾ ਨਹੀਂ ਮੈਂ ਕਦ ਚਲਿਆ ਜਾ। ਵੱਡੇ ਰੋਗ ਦੀ ਨਿਸ਼ਾਨੀ ਹੈ ਨਾ, ਪਤਾ ਨਹੀਂ ਕਦੋਂ ਅਟੈਕ ਹੋ ਜਾਣਾ, ਕਦੋਂ ਖਤਮ ਹੋ ਜਾਣਾ। ਜਿਹਨੂੰ ਵੱਡਾ ਰੋਗ ਲੱਗਦਾ ਹੈ ਉਹਨੂੰ ਮੌਤ ਯਾਦ ਆਉਂਦੀ ਹੈ ਕਿ ਪਤਾ ਹੀ ਨਹੀਂ, ਗੱਲਾਂ ਕਰੋਗੇ ਮੇਰਾ ਕੀ ਪਤਾ ਭਾਈ। ਪਰ ਦੇਖੋ ਤ੍ਰਿਸ਼ਨਾ ਵਿੱਚ ਕਿੰਨਾ ਖਤਰਾ ਹੈ, ਇਹ ਸਭ ਤੋਂ ਵੱਡਾ ਰੋਗ ਹੈ, ਇਹ ਮੌਤ ਨੂੰ ਭੁਲਾਉਂਦਾ ਹੈ। ਅੱਜ ਕੇ ਆਖੋ ਸਤ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ। ਕਿੰਨਾ ਫਰਕ ਹੈ ਫਿਰ, ਵੱਡਾ ਰੋਗ ਲੱਗੇ ਤੇ ਤਾਂ ਮੌਤ ਯਾਦ ਆਉਂਦੀ ਹੈ, ਮੇਰਾ ਪਤਾ ਨਹੀਂ ਕਦ ਮਰ ਜਾਣਾ। ਇਹ ਸਭ ਤੋਂ ਵੱਡਾ ਰੋਗ ਹੈ, ਇਹ ਮੌਤ ਨੂੰ ਭੁਲਾਉਂਦਾ, ਮੈਂ ਤੇ ਮਰਨਾ ਹੀ ਨਹੀਂ ਹੈ, ਜੋ ਕੁਛ ਇਕੱਠਾ ਕਰਨਾ ਕਰ ਲਓ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ, ਮੌਤ ਨੂੰ ਭੁਲਾਉਂਦਾ। ਅਤੇ ਵੇਦਾਂਤ ਵਾਲਿਆਂ ਨੇ ਵਿਚਾਰ ਸਾਗਰ ਵਿੱਚ ਬਚਨ ਲਿਖੇ, ਜਿਹਨੂੰ ਮੌਤ ਯਾਦ ਨਹੀਂ ਉਹਨੂੰ ਰੱਬ ਕਦੇ ਵੀ ਯਾਦ ਨਹੀਂ ਹੋਊ, ਉਹਨੂੰ ਪਰਮਾਤਮਾ ਵੀ ਕਦੇ ਯਾਦ ਨਹੀਂ ਆਵੇਗਾ। ਇੱਕ ਮੌਤ ਐਸੀ ਚੀਜ਼ ਹੈ, ਇਹਨੂੰ ਯਾਦ ਰੱਖੋ। ਜਾਣੇ ਧਨਾਸਰੀ ਰਾਗ ਵਿੱਚ ਪੜ੍ਹੋ ਕੀ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਜਿਹਨੇ ਸਮਝੇ ਕਾਲ ਨੇੜੇ ਹੈ, ਮੌਤ ਮੇਰੇ ਸਿਰ ਪਰ ਹੈ, ਗੁਰੂ ਨਾਨਕ ਗਰੰਟੀ ਦਿੰਦੇ ਨੇ, ਉਹ ਤੋਂ ਮਾੜਾ ਕੰਮ ਹੋਏ ਨਹੀਂ ਸਕਦਾ। ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਕਿਵੇਂ ਮਾੜਾ ਕੰਮ ਕਰੂ, ਅਗਲੇ ਸਾਹ ਦਾ ਤਾਂ ਪਤਾ ਨਹੀਂ ਕਿ ਆਉਣਾ ਕਿ ਨਹੀਂ ਆਉਣਾ। ਸੋ ਇਹ ਤ੍ਰਿਸ਼ਨਾ ਐਸਾ ਰੋਗ ਹੈ, ਇਹ ਮਰਨ ਮਨੋ ਵਿਸਾਰਿਆ, ਮੌਤ ਨੂੰ ਭੁਲਾਉਂਦਾ, ਮੈਂ ਤਾਂ ਮਰਨਾ ਹੀ ਨਹੀਂ, ਸਦੀਵੀ ਹੈ ਇੱਥੇ। ਭੁੱਲਿਆ ਹੋਇਆ ਆਪਾਂ ਨੂੰ ਗੁਰਮੁਖ ਪਿਆਰਿਓ, ਮੈਂ ਵੀ ਤੁਹਾਡਾ ਹੀ ਸੇਵਕ, ਤੁਹਾਡੇ ਵਰਗਾ ਹੀ ਹੈ। 12 ਵੱਜ ਕੇ ਅੱਧਾ ਦਿਨ ਲੰਘ ਗਿਆ, ਅੱਜ ਦੀ ਗੱਲ ਦੱਸੋ, ਗੁਰਦੁਆਰੇ ਬੈਠੇ ਹੋ, ਅੱਜ ਸਵੇਰ ਦਿਆਂ ਨੂੰ ਯਾਦ ਆਇਆ ਕਿ ਮੈਂ ਮਰਨਾ, ਮੈਂ ਜਾਣਾ ਇੱਥੋਂ, ਇਹ ਆਇਆ ਹੀ ਨਹੀਂ। ਸਵੇਰ ਦੀ ਤਾਂ ਗੱਲ ਛੱਡੋ, 60 ਸਾਲ ਦਾ ਹੋ ਗਿਆ, ਕਦੇ ਯਾਦ ਆਇਆ ਹੀ ਨਹੀਂ ਕਿ ਮੈਂ ਮਰਨਾ, 50 ਸਾਲ ਦਾ ਹੋ ਗਿਆ। ਇਹ ਕਿਸਨੇ ਭੁਲਾ ਦਿੱਤਾ, ਤ੍ਰਿਸ਼ਨਾ ਨਟ ਭੱਜ ਬਸ, ਯਾਦ ਹੀ ਨਹੀਂ ਆਉਣ ਦਿੱਤਾ ਸੱਚ ਨੂੰ ਗੁਰਸਿੱਖ ਪਿਆਰੇ। ਨਾਲੇ ਬਾਬੇ ਨਾਨਕ ਨੇ ਸਿਆਲਕੋਟ ਵਿੱਚ ਸਾਨੂੰ ਦੱਸ ਦਿੱਤਾ, ਭਾਈ ਮੂਲਾ ਹੀ ਇੱਕ ਲੱਭਿਆ ਸੀ ਜਿਹਨੇ ਲਿਖ ਕੇ ਦੇ ਦਿੱਤਾ ਸੀ, ਮਰਨਾ ਸੱਚ ਤੇ ਜਿਉਣਾ ਝੂਠ। ਫਿਰ ਵੀ ਅਸੀਂ ਨਹੀਂ ਮੰਨਿਆ ਗੁਰਸਿੱਖ ਪਿਆਰ। ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਇੱਕ ਕਿ ਇਹ ਜੀਵ ਹੈ ਸਿੱਖੇ ਭਾਈ, ਤੂੰ ਆਇਆ ਜਨਮ ਬਾਅਦ ਵਿੱਚ ਲਿਆ, ਪਹਿਲਾਂ ਮਾਂ ਦੇ ਪੇਟ ਵਿੱਚ ਤੈਂ ਮਰਨਾ ਮੰਨਿਆ ਹੈ, ਮਰਨ ਲਿਖਾਏ
ਮੰਡਲ ਮੈਂ ਜੰਮੇ ਬਾਅਦ ਵਿੱਚ ਹੈ, ਪਹਿਲਾਂ ਲਿਖਤੀ ਇਕਰਾਰ ਕੀਤਾ ਕਿ ਮੈਂ ਮੁੜਨਾ ਮਰ ਜਾਣ। ਕਿੱਥੇ ਇੱਥੇ ਯਾਦ ਸਾਨੂੰ ਤ੍ਰਿਸ਼ਨਾ ਦੀ ਨੱਠ ਭੱਜ ਗੁਰਸਿੱਖ ਪਿਆਰੇ ਤੁਹਾਡੇ ਸਾਹਮਣੇ ਹੈ। ਮੈਂ ਵੀ 91 ਦਾ ਸਿਟੀਜ਼ਨ ਹੈ ਕੈਨੇਡਾ ਦਾ, ਤੁਸੀਂ ਮੇਰੇ ਤੋਂ ਵੀ ਪੁਰਾਣੇ ਬਹੁਤ ਹੋਣੇ ਹੈ। ਕੀ ਕੈਨੇਡਾ ਆ ਕੇ ਥੋੜ੍ਹਾ ਬਹੁਤਾ ਟਕਾ ਆ ਗਿਆ, ਕੋਈ ਸ਼ਾਂਤੀ ਆ ਗਈ? ਕਿਹਨੇ ਨਹੀਂ ਆਉਣ ਦਿੱਤੀ? ਬਾਬੇ ਕੋਲ ਤਾਂ ਕੱਚਾ ਕੋਠਾ ਸੀ ਆਪਣੇ ਕੋਲ, ਯਾਦ ਹੈ ਤੁਹਾਡੇ? ਮੀਂਹ ਗਰਾਇਆ ਪੈਂਦਾ ਸੀ, ਫਲੋਵਰ ਚੋਣ ਲੱਗ ਜਾਂਦਾ, ਤਾਂ ਸਤਨਾਮ ਰਹੇ ਆਪਾਂ ਇਹਨੂੰ ਕੋਠਿਆਂ 'ਚ। ਇੱਕ ਜਣਾ ਤਸਲਾ ਚੱਕੀ ਉੱਪਰੇ ਫਿਰੀ ਜਾਂਦਾ ਤਾਂ ਗਲੀਆਂ ਬੰਦ ਕਰਦਾ, ਕਿਸੇ ਦਾ ਸਤੀਰ ਟੁੱਟ ਗਿਆ, ਮਹਿਸ ਹੇਠ ਆ ਗਈ, ਕਿਸੇ ਦੀ ਲਟੈਨ ਟੁੱਟ ਗਈ, ਹਾਏ ਦੁਹਾਈ ਪਈ ਜਾਂਦੀ ਸੀ ਮੀਂਹ ਪੈਂਦੇ 'ਚ। ਕਿਤੇ ਬਿਜਲੀ ਸੀ, ਕਿੱਥੇ ਸੀ ਬੰਦ? ਲਾਲਟਣ ਦੀ ਚਿਮਨੀ ਫੁੱਟ ਜਾਣੀ, ਅੰਮਾ ਨੇ ਕਹਿ ਦੇਣਾ ਲਾਣੇਦਾਰ ਸ਼ਹਿਰ ਜਾਊਗਾ ਤੇ ਲਿਆਊਗਾ। ਲਾਣੇਦਾਰ ਜੀ ਗਿਆ ਤੇ ਲਿਆ, ਨਹੀਂ ਹਨੇਰੇ 'ਚ ਬੈਠੇ। ਹੁਣ ਇੱਕ ਇੱਕ ਕਮਰੇ 'ਚ 18-18 ਪੁਆਇੰਟ ਫਿੱਟ ਹੈ ਤੁਹਾਡੇ, RCC ਦੇ ਲੈਂਟਰ ਲੱਗੇ ਹੋਏ ਨੇ, ਮਾਰਬਲ ਲੱਗੇ ਹੋਏ। ਤਾਂ ਪ੍ਰੇਮੀਓ ਮੇਰੇ ਹਾਣ ਦੇ ਯਾਦ ਹੋਣੇ ਤੁਹਾਡੇ। ਸਾਬਣ ਦੋ ਤਰ੍ਹਾਂ ਦੇ ਹੁੰਦੇ ਸੀ ਨਹਾਉਣ ਵਾਲੇ, ਇੱਕ ਲਾਈਫ ਬੋਏ, ਇੱਕ ਸਨ ਲਾਈਟ, ਇਹ ਦੋ ਹੁੰਦੇ ਸੀ। ਸਾਡੀ ਅੰਮਾ ਨੂੰ ਨਹਾਉਣ ਦਾ ਵੀ ਪਤਾ ਨਹੀਂ ਸੀ, ਉਹ ਤਾਂ ਲਾਣੇਦਾਰ ਨੂੰ ਕਹਿੰਦੀ ਸ਼ਹਿਰ ਚੱਲੇ ਹੈ, ਕੋਈ ਨਹਾਉਣ ਵਾਲੀ ਟਿੱਕੀ ਲੈ ਆਈ, ਕਦੇ ਪ੍ਰਾਹੁਣਾ ਆ ਜਾਂਦਾ। ਯਾਦ ਹੈ ਤੁਹਾਡੇ ਪ੍ਰਾਹੁਣਾ? ਅਤੇ ਦੋ ਪੈਸੇ ਦੀ ਮੈਂ ਖਰੀਦੀ ਆ, ਆਨੇ ਦੀਆਂ ਦੋ ਤੁਸੀਂ ਵੀ ਖਰੀਦੀਆਂ ਹੋਣੀਆਂ, ਅੱਧੇ ਆਨੇ ਦੀ ਇੱਕ ਟਿੱਕੀ। ਅਤੇ ਉਹ ਲਾਣੇਦਾਰ ਲਿਆ ਕੇ ਨਾ ਅੱਧੇ ਆਨੇ ਦੀ ਟਿੱਕੀ ਬੜੀ ਬੇਬੇ ਨੂੰ ਅੰਮਾ ਨੂੰ ਦਿੰਦਾ ਹੁੰਦਾ, ਤਾਂ ਇਹਨੂੰ ਸਾਂਭ ਕੇ ਰੱਖ, ਕਿਤੇ ਪ੍ਰਾਹੁਣਾ ਆ ਗਿਆ ਤਾਂ ਕੱਢ ਲਈ। ਬਸ ਫਿਰ ਉਹ ਕੋਠੀ 'ਚ ਰੱਖ ਦਿੰਦੀ ਸੀ ਜਿੰਦਾ ਲਾ ਕੇ, ਜੇ ਤਾਂ ਕੋਈ ਪ੍ਰਾਹੁਣਾ ਆ ਜਾਵੇ ਤਾਂ ਉਹ ਹਿੱਲਦੀ ਸੀ, ਨਹੀਂ ਉਹ ਟਿੱਕੀ ਰਹਿੰਦੀ ਸੀ। ਤਾਂ ਹੀ ਨਾ ਉਹਦਾ ਟਿੱਕੀ ਹੈ ਅਜਕੇ ਕੋ ਸਤਨਾਮ, ਜਦ ਤੱਕ ਪ੍ਰਾਹੁਣਾ ਨਾ ਆਵੇ ਉਹਨੇ ਹਿੱਲਣਾ ਨਹੀਂ ਹੈ, ਉਹਨੇ ਟਿੱਕੀ ਰਹਿਣਾ ਹੈ ਬਸ। ਕੋਈ ਘਰ ਦਾ ਨਹੀਂ ਸੀ ਉਹਨੂੰ ਵਰਤ ਸਕਦਾ। ਇੱਕ ਖੂਹ ਹੁੰਦਾ ਸੀ ਪਿੰਡ 'ਚ, ਉੱਥੇ ਹੀ ਨਹਾਉਣਾ, ਉੱਥੇ ਹੀ ਮੱਝਾਂ, ਉੱਥੇ ਬੀਬੀਆਂ ਨੇ ਘੜੇ ਭਰਨੇ। ਸਾਡਾ ਬਾਬਾ ਤਾਂ ਖੂਹ 'ਤੇ ਜਾਂਦਾ ਹੀ ਨਹੀਂ ਸੀ, ਟੋਬਾ ਹੀ ਗੋਤਾ ਲਾ ਲੈਂਦਾ ਸੀ। ਹੁਣ ਦੇਖ ਲਓ ਵਾਸ਼ਰੂਮ ਕੋਈ ਸਾਬਣਾਂ ਦਾ ਤੋੜੇ, ਮੇਰੇ ਵਰਗਾ ਅਨਪੜ੍ਹ ਜੇ ਤੁਹਾਡੀ ਕੋਠੀ ਦੇ ਵਾਸ਼ਰੂਮ 'ਚ ਵੜ ਜਾਵੇ ਨਾ ਨਹਾਉਣ, ਮੈਨੂੰ ਉਹ ਨਹੀਂ ਪਤਾ ਲੱਗਣਾ ਵੀ ਸਾਬਣ ਕਿਹੜਾ ਹੈ ਕਿ ਤੇਲ ਕਿਹੜਾ ਹੈ। ਅਜਿਹੇ ਕੋ ਸਤਨਾਮ, 18-18 ਸ਼ੀਸ਼ੀਆਂ ਪਈਆਂ, ਕਦੇ ਤੇਲ ਦੇ ਭੁਲੇਖੇ ਮੇਰੇ ਵਰਗਾ ਸਾਬਣੇ ਘਸਾ ਲੈਂਦਾ ਜਿਹੜੀ 20-20 ਸ਼ੀਸ਼ੀਆਂ। ਲੈਂਟਰ ਲੱਗ ਗਏ, ਬਿਜਲੀਆਂ ਮੱਚ ਰਹੀਆਂ ਨੇ, ਘਰ ਘਰ ਵਾਸ਼ਰੂਮ, ਸਾਈਕਲ ਵੀ ਨਹੀਂ ਸੀ ਹੁੰਦਾ। ਮੈਂ 57 ਵਿੱਚ ਮੈਟ੍ਰਿਕ ਪਾਸ ਕੀਤੀ ਹੈ, 57 ਤੱਕ ਸਾਡੇ ਪਿੰਡ ਵਿੱਚ ਸਾਈਕਲ ਨਹੀਂ ਸੀ, 6 ਕੋ ਤੁਰ ਕੇ ਜਾਣਾ ਪੈਂਦਾ ਸੀ। ਹੁਣ ਘਰ ਘਰ ਕਾਰਾਂ ਤੁਹਾਨੂੰ ਮਹਾਰਾਜ ਨੇ ਬਖਸ਼ੀ ਹੈ। ਗੁਰਸਿੱਖ ਪਿਆਰੇ ਬਸ ਬੇਨਤੀ ਇੱਕੋ ਹੈ ਕਿ ਸਾਰਾ ਘਰ ਸੁੱਖਾਂ ਦੇ ਸਾਧਨਾਂ ਨਾਲ ਭਰ ਲਿਆ, ਕੋਈ ਛੱਡਿਆ ਆਪਾਂ ਨੇ? ਆ ਮੇਰੀਆਂ ਧੀਆਂ ਭੈਣਾਂ ਨੂੰ ਬਥੇਰੇ ਸੁੱਖ ਨੇ, ਗੋਹਾ ਕੂੜਾ ਨਹੀਂ ਕਰਨਾ, ਗੋਹਾ ਕੂੜਾ ਨਹੀਂ ਕਰਨਾ। ਗੁਰਮੁਖੋ ਮੈਨੂੰ ਹੁਕਮ ਕਰ ਦਿਓ, ਮੈਂ ਚੁੱਪ ਕਰ ਜੂੰਗਾ, ਤੁਹਾਡਾ ਹੁਕਮ ਚਾਹੀਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਪ੍ਰੇਮੀਓ ਵੇਲਣਾ ਨਹੀਂ ਵੇਲਣਾ, ਚਰਖਾ ਨਹੀਂ, ਕਪਾਹ ਨਹੀਂ ਚੁਗਣ ਜਾਣਾ, ਦੇਖ ਲਓ ਹੋਏ ਸੀ ਕੰਮ ਸਾਰੇ। ਗੋਹਾ ਕੂੜਾ ਵੀ ਧੀਆਂ ਭੈਣਾਂ ਆਪ ਕਰਦੀਆਂ ਸੀ, ਇੱਥੇ ਸਭ ਮਸ਼ੀਨਾਂ ਕਰ ਰਹੀਆਂ ਨੇ। ਪਰ ਇੱਕ ਗੱਲ ਤੁਹਾਨੂੰ ਪੁੱਛਦਾ ਅਤੇ ਕਿਹਨਾਂ ਨੂੰ, ਕਿੰਨੇ ਸਾਧਨ ਸੁੱਖਾਂ ਦੇ ਕਰ ਲਏ, ਘਰ ਭਰ ਲਿਆ ਸੁੱਖਾਂ ਦੇ ਸਾਧਨਾਂ ਨਾਲ, ਪਰ ਜਿਹੜਾ ਘਰ ਵਿੱਚ ਰਹਿੰਦਾ ਉਹ ਦੁਖੀ ਹੈ। ਅਜਕੇ ਆਖੋ ਸਭ ਘਰ ਭਰਿਆ ਪਿਆ ਸੁੱਖਾਂ ਦੇ ਸਾਧਨਾਂ ਨਾਲ, ਜੇ ਜਿਹੜਾ ਉਹਨਾਂ ਨੂੰ ਵਰਤ ਰਿਹਾ ਉਹ ਦੁਖੀ ਹੈ। ਇਹ ਭੈਣਾਂ ਬੀਬੀਆਂ ਦਾ ਵੀ ਇਹੀ ਕੰਮ ਹੈ, ਸਭ ਹੱਥੀਂ ਮੈਨੂਅਲ ਕੰਮ ਹਟ ਗਿਆ, ਕਿੰਨੀ ਕਠਿਨ ਮਿਹਨਤ ਕਰਦੀਆਂ ਸੀ।
ਮੀਲ ਮੀਲ ਤਾਂ ਰੋਟੀ ਦੇਣ ਤਿੰਨ ਵਾਰ ਜਾਂਦੀ ਹੈ ਅਸੀਂ ਖੇਤਾਂ ਵਿੱਚ। ਇੱਥੇ ਇੱਕ ਹੋਰ ਧੀਆਂ ਭੈਣਾਂ ਦਾ ਮੈਂ ਕੰਮ ਵੇਖਿਆ, ਜੇ ਹਟ ਸਕੋ ਤਾਂ ਹਟ ਜਾਓ, ਸਾਡਾ ਤਾਂ ਚੌਂਕੀਦਾਰਾ ਹੁੰਦਾ, ਹਾਕ ਦੇਣੇ ਅਸੀਂ ਤਾਂ। ਇੱਥੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਾਗਜ਼ ਰੱਖ ਕੇ ਲੈਂਦੇ ਹਾਂ, ਅੱਜ ਕੇ ਕੋ ਸਤਨਾਮ ਭੁੱਲ ਜਾਂਦੇ ਅਸੀਂ ਵੀ ਨਾ, ਹੱਥਾਂ ਨਾਲ ਤਾਂ ਪਾਥੀਆਂ ਪਥੀਆਂ, ਅੱਜ ਕੇ ਕੋ ਸਤਨਾਮ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਦਾ ਘੀ ਵੀ ਖਰਾਬ ਕਰਦੇ ਸਾਨੂੰ, ਕਿੱਥੇ ਤੱਕ ਅਸੀਂ ਫੋਰਮੈਲਿਟੀਆਂ 'ਚ ਫਸੇ। ਮਾਲਜ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਭਾਵ ਅਰਥ ਲਓ, ਹੁਣ ਸਮੇਂ 'ਚ ਰਹਿਣੇ, ਜਿੰਨੀਆਂ ਤੁਸੀਂ ਕੋਠੀਆਂ ਭਰੀਆਂ ਨਾ ਸਾਧਨ ਸੁੱਖਾਂ ਦੇ ਨਾਲ, ਕੋਠੀ ਬਣਾਉਣੀ, ਕਾਰ ਲੈਣੀ, ਏਸੀ ਦੀ ਮਸ਼ੀਨ ਲਾਉਣੀ, ਕੱਪੜੇ ਧੋਣ ਦੀ ਵਾਸ਼ਰ ਲਾ ਲੈਣੀ, ਹੁਣ ਤਾਂ ਕਈ ਗੁਰਦੁਆਰਿਆਂ 'ਚ ਰੋਟੀਆਂ ਵੀ ਮਸ਼ੀਨਾਂ ਪਕਾਉਣੀਆਂ, ਭਾਂਡੇ ਵੀ ਮਸ਼ੀਨਾਂ ਮਾਂਜਦੀਆਂ। ਇੰਗਲੈਂਡ ਮੈਨੂੰ ਇੱਕ ਪ੍ਰਧਾਨ ਕਹਿੰਦਾ, ਜੀ ਤੁਹਾਨੂੰ ਗੁਰਦੁਆਰਾ ਦਿਖਾਉਣਾ ਹੈ। ਮੇਰਾ ਝਟਕਾ ਜਿਹਾ ਸੁਭਾਅ ਹੈ, ਮੈਂ ਕਿਹਾ ਤੈਨੂੰ ਪ੍ਰਧਾਨ ਕਿਹਨੇ ਬਣਾਇਆ? ਕਹਿੰਦਾ, ਜੀ ਕੋਈ ਗਲਤੀ ਹੋ ਗਈ। ਮੈਂ ਕਿਹਾ ਗੁਰਦੁਆਰੇ ਦੇਖੀ ਦੇ ਨਹੀਂ, ਗੁਰਦੁਆਰਿਆਂ ਦੇ ਦਰਸ਼ਨ ਕਰੀਦੇ ਨੇ, ਅੱਜ ਕੇ ਆਖੋ ਸਭ ਗੁਰਦੁਆਰਾ ਦਿਖਾਉਣਾ ਤਾਂ ਮੈਨੂੰ ਮਹਿਸ ਵੇਚਣੀ ਹੈ ਵੀ ਦੇਖ ਲਓ, ਕਾਰ ਵੇਚਣੀ ਹੈ, ਗੁਰਦੁਆਰੇ ਦੇ ਦਰਸ਼ਨ ਕਰੀਦੇ ਨੇ। ਦੇਖਣ ਵਾਲੀ ਤਾਂ ਚੀਜ਼ ਝੂਠ ਹੁੰਦੀ ਹੈ ਗੁਰਸਿੱਖ। ਕਹਿੰਦਾ, ਜੀ ਅਸੀਂ ਤਾਂ ਬਹੁਤ ਖਰਚ ਕਰਿਆ, ਉੱਥੇ ਰੋਟੀਆਂ ਵੀ ਮਸ਼ੀਨ ਪਕਾਉਂਦੀ ਹੈ, ਭਾਂਡੇ ਵੀ ਮਸ਼ੀਨ ਮਾਂਜਦੀ ਹੈ, ਸਬਜ਼ੀ ਵੀ ਮਸ਼ੀਨ ਕੱਟਦੀ ਹੈ, ਬਣਾਉਂਦੀ ਵੀ ਮਸ਼ੀਨ ਹੈ। ਮੈਂ ਕਿਹਾ ਚਾਰ ਗੱਲਾਂ ਤਾਂ ਹੁਣ ਕਹਿ ਲਈਆਂ, ਇੱਕ ਮੇਰੀ ਵੀ ਸੁਣ ਲੈ। ਮੈਂ ਕਿਹਾ 6 ਮਹੀਨੇ ਲੰਘਣ ਦੇ ਖਾਊਗੀ ਵੀ ਮਸ਼ੀਨ ਹੈ, ਅੱਜ ਕੇ ਕੋ ਸਤਨਾਮ। ਇਹ ਜਿਵੇਂ ਜਿਵੇਂ ਅਸੀਂ ਮੈਨੂਅਲ ਫਿਜ਼ੀਕਲ ਕੰਮ ਛੱਡਤਾ, ਖੁਰਾਕਾਂ ਬੰਦ ਹੋ ਗਈਆਂ। ਕਿੱਥੇ ਖੁਰਾਕ ਰਹਿ ਗਈ ਸਾਡੀ? ਕੋਈ ਹੈਗੀ ਬਾਬੇ ਵਾਲੀ ਖੁਰਾਕ ਸਾਡੇ ਕੋਲ? ਨਾ ਨਾ, ਇੰਨੇ ਸਾਧਨ ਕਰ ਲਏ ਆ ਭੈਣਾਂ ਬੀਬੀਆਂ ਨੇ, ਕਿੰਨੇ ਸੁੱਖਾਂ ਦੇ ਸਾਧਨ ਨੇ ਕੁੜੀਓ ਤੁਹਾਡੇ ਕੋਲ। ਡਾਂਗ ਅੱਗੇ ਨਾਲੋਂ ਵੀ ਜ਼ਿਆਦਾ ਖੜਕਦੀ ਹੈ, ਅੱਜ ਕੇ ਕੋ ਸਤਨਾਮ। ਅੱਗੇ 40 ਮੈਂਬਰਾਂ ਦੀ ਰੋਟੀ ਇੱਕ ਚੁੱਲ੍ਹੇ ਪਰ ਪੱਕਦੀ, ਤੀਸਰੋਂ 2.5 ਦੀ ਨਹੀਂ ਪੱਕਦੀ। ਇਹ ਚੀਜ਼ਾਂ ਨਹੀਂ, ਇਹ ਜਿਹੜੇ ਸੁੱਖਾਂ ਦੇ ਸਾਧਨ ਆਪਾਂ ਨੇ ਕੀਤੇ ਨੇ ਨਾ, ਇਹਨੂੰ ਭਾਵ ਅਰਥ ਲਿਓ, ਯਤਨ ਬਹੁਤ ਸੁੱਖ ਕੇ ਕੀਏ। ਇਹ ਸਾਰੇ ਤਨ ਦੇ ਸੁੱਖ ਨੇ, ਇਹ ਸਰੀਰ ਦੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ ਨੇ ਆਪਾਂ ਨੇ। ਉਹ ਦੁਖੀ ਤੇਰਾ ਮਨ ਹੈ, ਉਹਦੀ ਦਵਾਈਆਂ ਨੂੰ ਹੀ ਲਈ, ਦੁੱਖ ਕੋ ਕੀਓ ਨਾ ਕੋਏ। ਦੁਖੀ ਤਾਂ ਮਨ ਹੈ, ਜਿਹਦਾ ਮਨ ਦੁਖੀ ਹੈ, ਤਨ ਕਿੰਨਾ ਹੀ ਚੰਗਾ ਹੋਵੇ ਉਹ ਤਾਂ ਰੋਗੀ ਹੈ ਗੁਰਸਿੱਖ। ਸੋ ਤ੍ਰਿਸ਼ਨਾ ਵੱਡਾ ਰੋਗ ਲੱਗਾ, ਕਿਉਂ ਨਹੀਂ ਸ਼ਾਂਤੀ ਆਈ? ਨੱਠ ਭੱਜ ਬਸ ਅੱਗੇ ਇੰਡੀਆ ਨਾਲੋਂ ਵੀ ਵੱਧ ਗਈ। ਉੱਥੇ ਤਾਂ ਜਾ ਕੇ ਨਾ ਰਿਸ਼ਤੇਦਾਰਾਂ ਦੇ ਆਪਾਂ 3 ਦਿਨ ਰਹਿੰਦੇ ਸੀ ਨਾ, 4-4 ਦਿਨ ਵੀ ਰਹਿ ਲਈ ਦੱਸ। ਜਦੋਂ ਰਿਸ਼ਤੇਦਾਰ ਤੁਰਨ ਲੱਗਦਾ ਸੀ, ਉਹਦੇ ਸਾਈਕਲ ਦੀ ਹਵਾ ਕੱਢ ਦਿੰਦੇ ਸੀ, ਕਹਿੰਦੇ ਹੋਰ ਰੱਖਣੇ ਤੈਨੂੰ, ਸਭ ਨੂੰ ਪਤਾ ਤੂੰ। ਹੁਣ ਜੇ ਤੁਹਾਡੇ 'ਚ ਕੋਈ ਰਿਸ਼ਤੇਦਾਰ ਮਿੱਤਰ ਦੇ ਮਿਲਣ ਜਾਵੇ ਨਾ, ਉਹ ਪਿਲਾਊਗਾ ਤਾਂ ਤੁਹਾਨੂੰ ਚਾਹ ਬਰਫੀ, ਅਰਦਾਸ ਹੀ ਕਰੂਗਾ ਸੱਚੇ ਪਾਤਸ਼ਾਹ ਦਫਾ ਕਦ ਹੁੰਦਾ ਹੈ, ਅੱਜ ਕੇ ਕੋ ਸਤਨਾਮ। ਇਹ ਖਹਿੜਾ ਹੀ ਨਹੀਂ ਛੱਡਦਾ, ਹੁਣ ਉੱਠਦਾ ਹੀ ਨਹੀਂ, ਕੀ ਖੱਟਿਆ ਇੱਥੇ ਆ ਕੇ, ਇਹ ਕੀ ਤ੍ਰਿਸ਼ਨਾ? ਬਸ ਇੱਕੋ ਇੱਕ ਰੋਗ ਹੈ ਤ੍ਰਿਸ਼ਨਾ, ਨੱਠ ਭੱਜ। ਇਹ ਤਾਂ ਅਕਾਲ ਪੁਰਖ ਨੇ ਇੱਕ ਕਿਰਪਾ ਕਰਤੀ, ਤੁਹਾਡੇ ਕਾਰ ਵਿੱਚ ਸਪੀਡੋਮੀਟਰ ਹੈਗਾ ਨਾ, ਸਕੂਟਰਾਂ 'ਚ ਵੀ ਹੈਗਾ, ਟਰੈਕਟਰਾਂ 'ਚ ਆਪਣੇ ਹੈਗਾ, ਪੰਜਾਬ 'ਚ ਜਹਾਜ਼ਾਂ 'ਚ ਵੀ ਹੈਗਾ, ਸਾਰੀ ਮਸ਼ੀਨਰੀ 'ਚ ਸਪੀਡੋਮੀਟਰ ਹੁੰਦਾ ਹੈ। ਇਹ ਬੰਦੇ 'ਚ ਨਹੀਂ ਲਾਇਆ ਰੱਬ ਨੇ, ਆਪਣੇ ਤਾਂ ਨਹੀਂ ਲਾਇਆ, ਹੋਰ ਸਾਰੀ ਕਾਰ ਵਾਲੀ ਹੋਵੇ, ਮਸ਼ੀਨਰੀ ਗੱਡੀ ਵਾਲੀ ਹੋਵੇ, ਸਪੀਡੋਮੀਟਰ ਨਹੀਂ। ਕਾਹਤੇ ਨਹੀਂ ਲਾਇਆ? ਤੁਹਾਨੂੰ ਪਤਾ, ਰੱਬ ਨੂੰ ਪਤਾ ਸੀ ਇਹਦੀ ਸਪੀਡ ਇੰਨੀ ਤੇਜ਼ ਹੋ ਜਾਣੀ ਹੈ, 30 ਦਿਨ ਗਰਾਰੀ ਤੋੜਦੇ ਕਰਨੀ ਹੈ ਇਹਨੇ, ਅੱਜ ਕੇ ਕੋ ਸਤਨਾਮ। ਇਹ ਤਾਂ ਐਲਬੋ ਪਾਉਂਦਾ ਫਿਰੂਗਾ, ਇਹਨੂੰ ਛੱਡੇ ਦਓ, ਲਿਮਿਟਲੈਸ ਉਹ ਹਾਲ ਹੋਇਆ ਵਾ। ਹੱਸੋ ਨਾ ਮੇਰੀਆਂ ਗੱਲਾਂ 'ਤੇ, ਆਪਣੀ ਗੱਲ ਕਰਨੀ ਹੈ ਕਿਸੇ ਦੀ ਨਹੀਂ। ਰੋਟੀ ਖਾਂਦੇ ਤੁਸੀਂ ਬੈਠੇ ਹੁੰਦੇ ਹੋ, ਸੁੱਤੇ ਪਏ ਤੁਸੀਂ ਆਰਾਮ ਕਰ ਰਹੇ ਹੁੰਦੇ ਹੋ ਨਾ। ਸੁਖਮਨੀ ਸਾਹਿਬ ਘਰ ਪੜ੍ਹਦੇ ਤੁਸੀਂ ਬੈਠੇ ਹੁੰਦੇ ਹੋ, ਜਪਜੀਤ ਸਾਹਿਬ ਪੜ੍ਹਦੇ
ਜਪਜੀ ਸਾਹਿਬ ਦੀਆਂ 38 ਪੌੜੀਆਂ 76 ਵਾਰ ਤੇ ਜਲੰਧਰ ਘੁੰਮੇ ਆਉਣਾ ਹੈ। ਅੱਜ ਕਹੇ ਆਖੋ ਸਤਨਾਮ, ਤੂੰ ਕਹਿੰਦਾ ਮੈਂ ਟੋਰਾਂਟੋ ਜਪਜੀ ਸਾਹਿਬ ਪੜ੍ਹਦਾ, ਵੈਨਕੋਵਰ ਸੁਖਮਨੀ ਸਾਹਿਬ ਪੜ੍ਹਦਾ, ਕਿੱਥੇ ਫਿਰ ਤਾਂ ਲੁਧਿਆਣੇ ਫਿਰਦਾ, ਤੂੰ ਤਾਂ ਮੋਗੇ ਫਿਰਨ ਡੇ, ਅਤੇ ਜਪਜੀ ਸਾਹਿਬ ਦਾ ਤਾਂ ਗੁਟਕਾ ਹੀ ਹੱਥ ਵਿੱਚ। ਇਹ ਕਿਉਂ ਹੋਇਆ ਸਾਡਾ ਹਾਲ? ਸਭ ਕੁਝ ਮਿਲਣੇ ਤੋਂ ਵੀ ਦੁਖੀ, ਤ੍ਰਿਸ਼ਨਾ ਵੱਡਾ ਰੋਗ ਹੈ ਨਹੀਂ ਆਪਣੇ 'ਚ ਵਰਤਦਾ। ਇੱਥੇ ਤਾਂ ਥੋੜ੍ਹੇ ਜਿਹੇ ਮਕਾਨ ਸਸਤੇ ਨੇ, ਟੋਰਾਂਟੋ ਬਹੁਤ ਮਹਿੰਗਾਈ ਹੈ, 3 ਬੈੱਡ ਦਾ ਹੈਗਾ ਮਕਾਨ, ਸੋਹਣਾ ਸੋਹਣਾ ਫੈਮਿਲੀ ਦਾ ਕੰਮ ਚੱਲਦਾ ਹੈ। ਗੁਆਂਢੀ ਨੇ 5 ਬੈੱਡ ਦਾ ਲੈ ਲਿਆ, ਰੋਟੀ ਪਚਣੀ ਖਤਮ ਹੋ ਗਈ। ਜਦ ਤੱਕ ਮੈਂ ਵੀ 5 ਨਾ ਲਵਾਂ, ਹੁਣ ਨੀਂਦ ਕਿੱਥੇ ਆਉਣੀ? ਪਹਿਲੇ ਦੀਆਂ ਕਿਸ਼ਤਾਂ ਨਹੀਂ ਮੁੜੀਆਂ, ਦੂਏ ਦੀਆਂ ਹੋਰ ਚੜ੍ਹਾ ਲਈਆਂ। ਅਜਿਹੇ ਆਖੋ ਸਤਨਾਮ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗ। ਸਭ ਕੁਝ ਹੁੰਦਿਆਂ ਹੋਇਆਂ ਦੁਖੀ, ਤ੍ਰਿਸ਼ਨਾ ਬਸ। ਗੁਰਸਿੱਖ ਪਿਆਰਿਓ, ਇਹਨੇ ਭੁਲਾ ਦਿੱਤਾ ਕਿ ਮੈਂ ਜਾਣਾ, ਇੱਥੋਂ ਛੱਡ ਜਾਣਾ। ਬਾਣੀ ਦਾ ਇੱਕ ਪ੍ਰਮਾਣ ਸੁਣ ਲਓ, ਗੁਰਬਾਣੀ ਦਾ, ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਗੋਇਲ ਕਹੀਏ ਗਵਾਲਾ, ਗਊਆਂ ਚਾਰਨ ਵਾਲਾ, ਗੋਇਲੀ ਗਊਆਂ ਦੀ ਚਾਰ ਗਾਹ ਖੇਤ ਜਿੱਥੇ ਚਾਰਨੀ ਹੈ, ਉਹਦਾ ਨਾਮ ਗੋਇਲੀ ਹੈ। ਸਿਆਲਾਂ ਦੇ ਵਿੱਚ ਪਹਾੜੀ ਲੋਕ ਬਰਫ਼ ਤੋਂ ਡਰਦੇ ਗਊਆਂ ਭੇਡੂਆਂ ਨੂੰ ਲੈ ਕੇ ਮੈਦਾਨੀ ਇਲਾਕੇ ਵਿੱਚ ਆ ਜਾਂਦੇ, ਬਰਫ਼ ਪੈਂਦੀ ਹੈ ਉੱਥੇ ਸੀਤ, ਅਤੇ ਮੈਦਾਨੀ ਇਲਾਕੇ ਵਿੱਚ ਆ ਕੇ ਜ਼ਿਮੀਂਦਾਰਾਂ ਤੋਂ ਠੇਕੇ 'ਤੇ ਲੈ ਲੈਂਦੇ ਹਾਂ ਜ਼ਮੀਨ, ਖਾਲੀ ਪਈ ਆਉਂਦੀ। ਅਸੀਂ ਮੇਰੇ ਹੰਡਦੇ ਵੀ ਆਦ ਹੈ, ਕਿੱਥੇ ਜ਼ਮੀਨ ਦੀ ਕਦਰ ਸੀ, 200 ਤਾਂ ਬਿਰਗ ਫਿਰਦਾ ਹੁੰਦਾ ਸੀ, ਰੋਜ਼ ਕਿੰਨੇ ਫਿਰਦੇ ਹੁੰਦੇ ਸੀ। ਅਤੇ ਗੁਰਮੁਖ ਪਿਆਰਿਓ, ਗੋਇਲ ਆਇਆ ਗੋਇਲੀ, ਜਿੱਥੇ ਗਊਆਂ ਚਾਰਨੀਆਂ ਉੱਥੇ ਗਊਆਂ ਲੈ ਕੇ ਆ ਗਿਆ ਮਾਲਕ, ਪਰ ਕਿਆ ਤਿਸ ਡੰਪ ਪਸਾਰ, ਉੱਥੇ ਘਰ ਨਹੀਂ ਬਣਾਉਂਦਾ, ਮਕਾਨ ਨਹੀਂ ਬਣਾਉਂਦਾ, ਕਿਚਨ ਨਹੀਂ ਬਣਾਉਂਦਾ, ਬੈਡਰੂਮ ਨਹੀਂ ਬਣਾਉਂਦਾ, ਨਹੀਂ ਨਹੀਂ, ਡਿਆਂ ਦੇ ਖੜ੍ਹੇ ਕਰਕੇ ਚੁੱਲ੍ਹਾ ਬਣਾ ਲੈਂਦਾ, ਠੀਕਰ ਦੇ ਉੱਤੇ ਰੋਟੀ ਪਕਾ ਲੈਂਦਾ, ਛਪਰੀ ਜੀ ਪਾ ਕੇ ਭੁੰਜੇ ਪੈ ਜਾਂਦਾ। ਉਹ ਜਿਹੜਾ ਗਊਆਂ ਚਾਰਨ ਖਾਤਰ ਆਇਆ ਹੈ, ਉੱਥੇ ਕੋਈ ਪਸਾਰਾ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਮੋਹਲਤ ਪੁੰਨੀ ਚੱਲਣਾ, ਉਹਨੂੰ ਪਤਾ ਹੈ ਮੈਂ 3 ਮਹੀਨੇ ਖਾਤਰੇ ਜ਼ਮੀਨ ਲਈ ਹੈ, 3 ਮਹੀਨੇ ਮੋਹਲਤ ਕਹੀਏ ਸਮਾਂ ਮਨਿਆਦ, ਪੁੰਨੀ ਕਹੀਏ ਪੂਰੀ ਹੋ ਜਾਣੀ ਹੈ, ਅਤੇ ਮੈਨੂੰ ਇਹ ਖੇਤ ਛੱਡਣਾ ਪੈਣਾ, ਕੀ ਕਰੂੰਗਾ ਮਕਾਨ ਨੂੰ ਮੈਂ ਇੱਥੇ। ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ ਸਿੱਖਾ, ਤੂੰ ਵੀ ਉਹ ਤੋਂ ਯਾਦ ਰੱਖ ਕੁਝ, ਆਪਣਾ ਵੀ ਉਹੀ ਹਾਲ। ਸਾਡਾ ਜੀਵ ਰੂਪੀ ਗਵਾਲਾ, 10 ਇੰਦਰੀਆਂ ਰੂਪੀ ਗਊਆਂ ਨੂੰ ਚਾਰਨ ਆਇਆ ਇੱਥੇ, ਇਹ ਸਰੀਰ ਰੂਪੀ ਧਰਤੀ ਗੋਇਲੀ ਚਾਰ ਗਾਹ, ਸਰੀਰ ਸਾਡਾ ਧਰਤੀ ਹੈ ਨਾ, ਇਹ ਗੋਇਲੀ ਗਊਆਂ ਦੇ ਗੋਲੀ ਕੌਣ ਨੇ? ਗਊਆਂ 5 ਕਰਮ ਇੰਦਰੇ, 5 ਗਿਆਨ ਦੇ, ਇਹਨਾਂ ਨੂੰ ਚਾਰਦੇ ਫਿਰਦੇ ਹਾਂ 24 ਘੰਟੇ। ਜੀਵ ਸਾਡਾ ਮਾਲਕ ਹੈ ਇਹਨਾਂ ਦਾ, ਪਰ ਉਹ ਭੁੱਲ ਗਿਆ ਕਿ ਇਹ ਸਰੀਰ ਰੂਪੀ ਧਰਤੀ ਮੈਨੂੰ ਸਦਾ ਰਹਿਣ ਨੂੰ ਨਹੀਂ ਮਿਲੀ, ਇਹਦੀ ਵੀ ਮਨਿਆਦ ਪੁੱਗ ਜਾਣੀ। ਅਤੇ ਉਹ ਗਵਾਲੇ ਨੂੰ ਤਾਂ ਪਤਾ ਹੈ 3 ਮਹੀਨੇ ਹੈਗੀ, ਸਿਆਣੇ ਸੁਣਦੇ ਹੋ ਸਤਿਕਾਰ ਜੋ, ਪਤਾ ਨਾ 3 ਮਹੀਨੇ ਦੀ ਮੋਹਲਤ ਹੈ, ਆਪਾਂ ਨੂੰ ਤਾਂ 3 ਮਿੰਟ ਦੀ ਵੀ ਨਹੀਂ ਹੈ। ਅੱਜ ਕੇ ਆਖੋ ਸਤ ਮਤ ਕੇ ਜਾਪੈ ਸਾ ਆਵੇ ਕੇ ਨਾ, ਅਸੀਂ ਭੁੱਲ ਗਏ ਕਿ ਸਰੀਰ ਰੂਪੀ ਧਰਤੀ ਜੋ ਅਸੀਂ ਇੰਦਰੀਆਂ ਨੂੰ ਚਾਰ ਰਹੇ ਹਾਂ, ਜੀਵ ਸਾਡਾ, ਇਹਦਾ ਪਤਾ ਹੀ ਨਹੀਂ ਕਦ ਛੱਡਣੀ ਪੈਣੀ। ਤਾਂ ਮੇਰੇ ਗੁਰਦੇਵ ਬਚਨ ਕਰਦੇ ਨੇ, ਛੱਡ ਇਸ ਨੂੰ ਭੁੱਲ, ਤੂੰ ਸੰਭਲ ਘਰ ਬਾਰ, ਜਿੱਥੇ ਤੇਰਾ ਘਰ ਅਸਲੀ ਹੈ ਉਹਨੂੰ ਯਾਦ ਕਰ। ਉਹ ਕਿਹੜਾ ਘਰ ਆਪਣਾ ਗੁਰਮੁਖੋ? ਇੱਥੇ ਭਾਵੇਂ ਫਿਊਨਲ ਸਟੇਸ਼ਨ ਬਣੇ ਨੇ, ਆਪਣੇ ਕਬਰਸਤਾਨ ਮੜੀਆਂ ਹੁੰਦੀਆਂ ਨੇ,
ਉਹ ਹੈ ਘਰ। ਆਵਾਜ਼ਾਂ ਤਾਂ ਆ ਰਹੀਆਂ ਨੇ ਨਿੱਤ ਨਿੱਤ ਆ ਰਹੀ ਹੈ ਆਵਾਜ਼, ਕਬਰਾਂ ਮੜੀਆਂ ਆਵਾਜ਼ਾਂ ਦੇਣੀਆਂ ਸਾਨੂੰ। ਪੜ੍ਹ ਲਓ ਬਾਬੇ ਫਰੀਦ ਨੂੰ, ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਕਰਿਆ ਕਰਿਆ ਉਹ ਸੱਡ, ਕਹੀਏ ਸੱਦਾ ਦੱਖਣੀ ਬੋਲੀ ਹੈ ਮੁਲਤਾਨ ਦੀ। ਉਹ ਵਿਚਾਰੀ ਕਬਰ ਤੈਨੂੰ ਹਾਕਾ ਮਾਰਦੀ ਹੈ, ਇਹ ਕੋਠੀਆਂ ਤੇਰਾ ਘਰ ਨਹੀਂ ਹੈ, ਤੂੰ ਨਿਘਰਾ ਹੈ, ਅਸਲ ਘਰ ਮੈਂ ਹੈ, ਮੇਰੇ ਵਿੱਚ ਆ ਜਾ। ਹੁਣ ਇੰਨਾ ਸਮਾਂ ਨਹੀਂ, ਮਰ ਕੇ ਨਹੀਂ ਕਬਰਾਂ ਵਿੱਚ ਸਿੱਖ ਨੇ ਜਾਣਾ, ਪੰਜ ਛੇ ਦਿਨ ਦਾ ਸਮਾਂ ਆਪਾਂ ਨਿਰਣਾ ਕਰਾਂਗੇ, ਮਰ ਕੇ ਨਹੀਂ ਨਾ। ਗੁਰਮਤ ਨੂੰ ਜਾਣੋ, ਇਹਦੇ ਉੱਪਰ ਉੱਪਰ ਨਾ ਤਰੋ, ਇਹਦੇ ਵਿੱਚ ਚੁੱਭੀ ਮਾਰੋ। ਗੋਰ ਨਿਮਾਣੀ ਸੱਡ ਕਰੇ ਨੀ ਕਰਿਆ ਘਰ ਆਓ। ਉਹ ਗੁਰਮੁਖਾ ਜਿਹੜੇ ਘਰ ਤੂੰ ਆਪਣੀ ਬਣਾਈ ਫਿਰਦੇ ਸਰੀਰ ਨੂੰ, ਇਹ ਤੇਰਾ ਘਰ ਨਹੀਂ ਹੈ, ਤੇਰਾ ਘਰ ਤਾਂ ਵਾਹਿਗੁਰੂ ਹੈ। ਅੱਜ ਕੇ ਆਖੋ ਸਭ ਪਰਮੇਸ਼ਰ, ਉੱਥੇ ਜਾਣ ਦੀ ਕੁਝ ਇੱਛਾ ਕਰ। ਗੋਰ ਨਿਮਾਣੀ ਸੱਡ ਕਰੇ ਸੁਣਿਆ ਹੀ ਨਹੀਂ ਆਪਾਂ ਨੇ ਉਹਦੀ ਆਵਾਜ਼ ਨੂੰ, ਕਿਉਂਕਿ ਚੰਗੀ ਨਹੀਂ ਲੱਗਦੀ। ਮਰਨਾ ਕਿਤੇ ਰਾਤ ਨੂੰ ਤੁਹਾਨੂੰ ਕਿਸੇ ਨੂੰ ਸੁਪਨਾ ਆ ਜਾਵੇ ਨਾ ਵੀ ਮੈਂ ਮਰ ਗਿਆ, ਤਾਂ ਆ ਜਾਂਦੇ ਨਾ। ਦੂਜੇ ਦਿਨ ਘਰ ਵਾਲੀ ਨੂੰ ਕਹੋਗੇ ਚਾਹ 'ਚ ਮਿੱਠਾਈ ਨਹੀਂ ਹੈ, ਅੱਜ ਕੇ ਆਖੋ ਸਤਨਾਮ। ਮਰਨਾ ਦਾ ਤਾਂ ਗੱਲ ਸੁਣਨੀ ਆ ਮਰਨ, ਜਦ ਅਸੀਂ ਨਾ ਸੁਣੀ ਗੱਲ ਫਿਰ ਕਬਰ ਨੇ ਸਾਨੂੰ ਕਹਿ ਦਿੱਤਾ। ਸਰਪੁਰ ਮੈਥੇ ਆਪਣਾ ਮਰਨੋ ਨਾ ਡਰਿਆਓ, ਨਾ ਮੇਰੀਆਂ ਆਵਾਜ਼ਾਂ ਸੁਣ ਨਾ ਆ, ਇੱਕ ਦਿਨ ਤਾਂ ਮੇਰੇ ਵਿੱਚ ਆਉਣਾ ਹੀ ਪੈਣਾ। ਸੋ ਅਸੀਂ ਸਰੀਰ ਰੂਪੀ ਖੇਤ ਹੈ, 10 ਇੰਦਰੀਆਂ ਰੂਪੀ ਗਊਆਂ ਹਨ, ਜੀਵ ਰੂਪੀ ਗਵਾਲਾ ਹੈ ਮਾਲਕ, 24 ਘੰਟੇ ਇਹਨਾਂ ਨੂੰ ਚਰਦੇ ਫਿਰਦੇ ਹਾਂ। ਕੋਈ ਕਾਮ ਵਾਸ਼ਨਾ, ਕੋਈ ਕ੍ਰੋਧ, ਕੋਈ ਲੋਭ, ਕੋਈ ਮੋਹ, ਕੋਈ ਹੇਤ, ਗੁਰਸਿੱਖ ਪਿਆਰਿਓ। ਪਰ ਗੁਰਦੇਵ ਕਹਿੰਦੇ ਉਹ ਸਿੱਖਾ, ਇਹ ਤੇਰਾ ਘਰ ਨਹੀਂ ਹੈ, ਇਹ ਤਾਂ ਥੋੜ੍ਹੇ ਸਮੇਂ ਖਾਤਰ ਮਿਲਿਆ ਹੈ। ਸੋ ਦਿਨ ਆਵਣ ਲਾਗਾ, ਇਹ ਕਿਉਂ ਹੋਇਆ, ਐਸਾ ਕਿਉਂ ਭੁੱਲ ਗਏ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਬਚਨ ਹੋਰ ਵੀ ਸਾਨੂੰ ਬਾਣੀ ਨੇ ਬਖਸ਼ਿਸ਼ ਕੀਤਾ, ਬੜੇ ਟਾਈਮ ਦੇ ਪਾਬੰਦ ਹੋ ਤੁਸੀਂ ਇੱਥੇ, ਕਿਉਂਕਿ ਇੰਡੀਆ ਵਾਲਾ ਕੰਮ ਨਹੀਂ ਨਾ ਵੀ ਅੱਧਾ ਘੰਟਾ ਲੇਟ ਚਲੇ ਜਾਓ, ਨਾ ਜਾਓ ਤਾਂ ਵੀ ਹਾਜ਼ਰੀ ਲੱਗ ਜਾਣੀ ਹੈ। ਇੱਥੇ ਤਾਂ ਲੇਟ ਹੋ ਜਾਓ ਅਤੇ ਜੋਬ ਤੋਂ ਛੁੱਟੀ ਹੈ, ਇੱਥੇ ਤਾਂ ਪਾਬੰਦ ਹੈ, ਮਜ਼ਬੂਰੀ ਹੈ ਤੁਹਾਡੀ। ਇੰਨੇ ਹੀ ਤੁਸੀਂ ਸਮੇਂ ਦੇ ਪਾਬੰਦ ਇੰਡੀਆ 'ਚ ਹੋ ਜਾਓ ਨਾ, ਇੱਥੇ ਨਾਲੋਂ ਸੁਖੀ ਰਹੋ। ਅੱਜ ਕੇ ਆਖੋ ਸਤਿ, ਉੱਥੇ ਤਾਂ ਕਲਰਕ ਦਰਾਜ ਵਿੱਚ ਲਿਖ ਦਿੰਦਾ ਐਪਲੀਕੇਸ਼ਨ, ਦਰਾਜ ਵਿੱਚ ਪਈ ਹੈ ਵੀ ਜਿੱਦਣ ਮੈਂ ਨਾ ਆਇਆ ਸੁਪਰਡੈਂਟ ਨੂੰ ਦੇ ਦੀ। ਇੱਥੇ ਕਿਤੇ ਸਰਦ, ਪਰ ਸਾਰੇ ਸਕੈਜੂਲ ਤੁਹਾਡੇ ਪ੍ਰੋਗਰਾਮ ਬਣੇ ਨੇ, ਕਿੰਨੇ ਵਜੇ ਰੋਟੀ, ਕਿੰਨੇ ਵਜੇ ਹਾਜ਼ਰੀ, ਕਿੰਨੇ ਵਜੇ ਚਾਹ। ਪਰ ਮੇਰੇ ਗੁਰਦੇਵ ਇੱਕ ਸਵਾਲ ਪੁੱਛਦੇ ਨੇ, ਉਹ ਸਿੱਖਾ ਕਦੇ ਉਹ ਵੀ ਸਮਾਂ ਨਿਸ਼ਚਿਤ ਕਰ ਲੈ, ਪਾਪ ਕਮਾ ਮੰਦੜਿਆ ਤੇਰਾ ਕੋਏ ਨਾ ਬੇਲੀ ਰਾਮ, ਕਿਤੇ ਉਹ ਸਮਾਂ ਕਰ ਕਿਹੜਾ, ਫਿਰ ਕਦੋਂ ਸੇ ਦੇਹ ਆਵੇ। ਐਤਵਾਰ ਡੀਕਦੇ ਹੋ, ਛੁੱਟੀ ਡੀਕਦੇ ਹੋ, ਕ੍ਰਿਸਮਿਸ ਡੇ ਡੀਕਦੇ ਹੋ, ਪਰ ਕਦੇ ਯਾਦ ਕਰ ਮੇਰਾ ਉਹ ਦਿਨ ਵੀ ਆਉਣ ਵਾਲਾ ਹੈ। ਅੱਜ ਕੇ ਆਖੋ ਸਤ, ਕਦੋਂ ਪਰਮੇਸ਼ਰ ਦਾ ਨਾਮ ਜਪੇਗਾ। ਬਾਕੀ ਤਾਂ ਸਕੈਜੂਲ ਬਣੇ ਨੇ ਨਾ ਤੁਹਾਡੇ, ਇੰਡੀਆ ਕਦ ਜਾਣਾ, ਹਜ਼ੂਰ ਸਾਹਿਬ ਕਦ ਜਾਣਾ, ਅੰਮ੍ਰਿਤਸਰ ਕਦ ਜਾਣਾ, ਵਿਆਹ ਕਦ ਹੈ। ਮਹਾਰਾਜ ਕਹਿੰਦੇ ਅਨਕਾਏ ਰਾਤੜਿਆ ਵਾਟ ਦੁਖੇ ਲੀ ਰਾਮ, ਪਾਪ ਕਮਾਮ ਦੜਿਆ ਤੇਰਾ ਕੋਏ ਨਬੇ ਲੀ ਰਾਮ, ਕੋਏ ਨਬੇ ਲੀ ਹੋਏ ਤੇਰਾ ਸਦਾ ਪਛੋਤਾਵ ਹੈ, ਗੁਣ ਗੋਬਿੰਦ ਨਾ ਜਪੈ ਰਸਨਾ, ਫਿਰ ਕਦੋਂ ਸੇ ਦੇਹ ਆਵੇ। ਕਦੇ ਆਪਣੇ ਟਾਈਮ ਟੇਬਲ ਵਿੱਚ ਇਹ ਵੀ ਲਿਖ ਲੈ ਕਿ ਅੱਜ ਦਾ ਦਿਨ ਮੈਂ ਸਿਮਰਨ ਵਿੱਚ ਲਾਉਣਾ ਹੈ। ਅੱਜ ਕੇ ਆਖੋ ਸਤਿ,
ਇੰਨੇ ਵਜੇ ਮੈਂ ਉੱਠਣਾ, ਇੰਨਾ ਭਜਨ ਕਰਨਾ, ਇਹ ਕਿਉਂ ਨਹੀਂ ਹੋ ਰਿਹਾ? ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਸਭ ਤੋਂ ਵੱਡਾ ਰੋਗ ਤ੍ਰਿਸ਼ਨਾ। ਅਤੇ ਔਗਣ ਕੀ ਹੈ ਇਹਦੇ ਵਿੱਚ ਕਿ ਮਰਨ ਮਨੋ ਵਿਸਾਰੇ, ਮੌਤ ਭੁਲਾ ਦਿੱਤੀ, ਮੈਂ ਤਾਂ ਜਾਣਾ ਹੀ ਨਹੀਂ, ਇੱਥੇ ਹੀ ਰਹਿਣਾ। ਇਹ ਭੁੱਲੇ ਹੋਏ ਹਾਂ ਆਪਾਂ, ਸੱਚ ਨੂੰ ਭੁੱਲੇ ਆਪਾਂ। ਜਾਂਦੇ ਹਾਂ ਨਾ ਪੰਜਾਬੀਆਂ ਦਾ ਇੱਕ ਰਿਵਾਜ਼ ਆਪਣਾ ਇੰਡੀਅਨ, ਕੋਈ ਕਿਸੇ 'ਤੇ ਚੜ੍ਹਾਈ ਕਰ ਜਾਵੇ ਨਾ ਫਿਰ ਅਫਸੋਸ ਕਰਨੀ ਚਾਹੀਦਾ, ਇਹਨੂੰ ਕਹਿੰਦੇ ਬੈਠਣ ਜਾਣਾ, ਇਹੀ ਕਹਿੰਦੇ ਨਾ ਆਪਾਂ। ਜਾਂਦੇ ਹੁੰਦੇ ਸੀ ਸਾਡੇ ਬਜ਼ੁਰਗ, ਆਪਾਂ ਨਹੀਂ ਜਾਂਦੇ, ਆਪਾਂ ਤਾਂ ਹੁਣ ਕਿਸੇ 'ਤੇ ਬੈਠਣ ਜਾਵਾਂਗੇ ਨਾ, ਬੈਠਾਂਗੇ ਤੱਪੜ 'ਤੇ, ਉਹਨਾਂ ਦਾ ਬੰਦਾ ਮਰ ਗਿਆ ਅਤੇ ਉੱਥੇ ਗੱਲਾਂ ਕੀ ਕਰੋਗੇ? ਐਤਕੀ MLA ਦਾ ਟਿਕਟ ਪਤਾ ਨਹੀਂ ਕਿਹਨੂੰ ਮਿਲੂਗਾ, ਆਖੋ ਸਤਨਾਮ, ਉਹਨਾਂ ਦਾ ਬੰਦਾ ਮਰ ਗਿਆ, ਤੁਸੀਂ ਉੱਥੇ MLA ਬਣਾ ਰਹੇ ਹੋ ਬੈਠੇ, ਤੁਸੀਂ ਉੱਥੇ ਚੇਅਰਮੈਨ ਬਣਾ ਰਹੇ, ਇਹ ਕਿਉਂ ਹੈ? ਭੁੱਲ ਗਏ ਕਿ ਮੈਨੂੰ ਵੀ ਬੈਠਣ ਆ ਜਾਣਾ ਕੱਲ੍ਹ ਨੂੰ, ਕਿਸੇ ਨੇ ਮੇਰੇ ਅਫਸੋਸ 'ਤੇ ਵੀ, ਇਹ ਤਾਂ ਭੁੱਲ ਗਏ ਨਾ ਆਪਾਂ। ਫਿਰ ਗੱਲਾਂ ਕਿਹੜੀਆਂ ਕਰਦੇ ਹਾਂ ਆਪਾਂ ਪੰਜਾਬੀ? ਇੱਕ ਬੈਠਾ ਬੈਠਾ ਬਜ਼ੁਰਗ ਕਹੂਗਾ, ਕਹਿੰਦੇ ਉਹਦਾ ਪਤਾ ਹੀ ਨਹੀਂ ਲੱਗਿਆ ਮਰ ਗਿਆ, ਦੂਆ 10 ਨੰਬਰ ਹੋਰ ਚੱਕ ਦਿੰਦਾ ਹੈ, ਕਹਿੰਦਾ ਉਹ ਬੈਠਾ ਬੈਠਾ ਹੀ ਮਰ ਗਿਆ, ਤੀਆ ਹੋਰ ਚੱਕ ਦਿੰਦਾ 10 ਨੰਬਰ। ਦੇਖੋ ਇਹ ਗੱਲਾਂ ਕਰਦੇ ਹਾਂ ਆਪਾਂ ਉੱਥੇ ਖੇਸ ਪਰ ਬੈਠੇ, ਉਹ ਬੈਠਾ ਬੈਠਾ ਹੀ ਮਰ ਗਿਆ, ਉਹਦਾ ਪਤਾ ਹੀ ਨਹੀਂ ਲੱਗਿਆ ਗੁਰਸਿੱਖ ਪਿਆਰੇ, ਆਪਣਾ ਭੁੱਲ ਗਿਆ ਨਾ। ਕੋਈ ਸਾਨੂੰ ਪੁੱਛੇ ਵੀ ਉਹਦਾ ਤਾਂ ਪਤਾ ਨਹੀਂ ਲੱਗਿਆ, ਤੂੰ ਅਜੀਤ ਵਿੱਚ ਕਢਾਵੇਂਗਾ ਵੀ ਮੈਂ ਮਰਨਾ, ਪਤਾ ਤੇਰਾ ਵੀ ਬਾਅਦ ਵਿੱਚ ਇਹ ਲੱਗਣਾ, ਕਹਿੰਦੇ ਉਹ ਬੈਠਾ ਬੈਠਾ ਮਰ ਗਿਆ, ਹਾਂ ਤੂੰ ਤਾਂ ਚੰਦਰਮਾ 'ਤੇ ਜਾ ਕੇ ਮਰੇਗਾ, ਆਖੋ ਸਤਨਾਮ। ਦੇਖੋ ਕੀ ਤ੍ਰਿਸ਼ਨਾ ਨੇ ਭੁਲਾ ਦਿੱਤਾ ਹੈ, ਯਾਦ ਹੀ ਨਹੀਂ ਹੈ, ਬੈਠਾ ਬੈਠਾ ਹੀ ਮਰ ਗਿਆ, ਤੂੰ ਛਾਲਾ ਮਾਰੇਗਾ? ਇਹ ਤਾਂ ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਕਿਸੇ ਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਮਰਨਾ। ਪਰ ਉਹਦੀਆਂ ਗੱਲਾਂ ਕਰਦੇ, ਕਹਿੰਦੇ ਉਹਦਾ ਪਤਾ, ਅੰਤ ਪਤਾ ਕੀ ਹੈ ਗੁਰਮੁਖੋ? ਜਪਜੀਤ ਸਾਹਿਬ ਵਿੱਚ ਅੰਤ ਦੇ ਅਰਥ ਪੜ੍ਹੋ ਕੀ ਨੇ, ਇਹੋ ਅੰਤ ਨਾ ਜਾਣੇ ਕੋਈ। ਅੰਤ ਉਹ ਚੀਜ਼ ਹੁੰਦੀ ਹੈ ਜਿਹਨੂੰ ਕੋਈ ਜਾਣ ਨਾ ਸਕੇ। ਆਪਾਂ ਤਾਂ ਕਹਿੰਦੇ ਵਾਹਿਗੁਰੂ ਦਾ ਅੰਤ ਨਹੀਂ ਨਾ, ਕੋਈ ਪਤਾ ਨਹੀਂ ਉਹਦਾ, ਵਾਹਿਗੁਰੂ ਤੱਕ ਕਾਹਨੂੰ ਜਾਣੇ ਹੋ, ਸਾਨੂੰ ਆਪਣਾ ਆਦਤ ਦਾ ਪਤਾ ਨਹੀਂ ਵੀ ਕਦ ਜਾਣਾ, ਅੱਜ ਕੇ ਆਖੋ ਸਤਨਾ, ਵਾਹਿਗੁਰੂ ਤਾਂ ਬਹੁਤ ਵੱਡੀ। ਸੋ ਤ੍ਰਿਸ਼ਨਾ ਵੱਡਾ ਰੋਗ, ਬਹੁਤ ਵੱਡਾ ਰੋਗ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ, ਇਹ ਸਾਰੀ ਨਟ ਭਜ ਈਰਖਾ ਦੁਆਸ਼ ਸਭ ਤ੍ਰਿਸ਼ਨਾ, ਇੱਥੇ ਤੱਕ ਵਧਾ ਦਿੱਤੀ ਇਹਨੇ। ਤੁਹਾਡੇ ਨਾਲ ਤਾਂ ਭਾਣਾ ਵਰਤਦਾ ਹੈ, ਅਮਰੀਕਾ ਸਕਾ ਭਾਈ ਬੈਠਾ, ਫਗਵਾੜੇ ਡੁਪਲੀਕੇਟ ਭਾਈ ਉਹ ਖੜਾ ਕਰਕੇ ਇੰਤਕਾਲ ਨਾ ਕਰਾ ਲਿਆ, ਕੋ ਸਦਨਾ ਡੁਪਲੀਕੇਟ ਕਈ ਕਰਾ ਰਹੀ ਹੈ ਤ੍ਰਿਸ਼ਨਾ, ਹੋਰ ਕੀ ਹੈ ਇਹਦੇ ਵਿੱਚ, ਡੁਪਲੀਕੇਟ ਘਰ ਵਾਲੀ ਬਣਾ ਕੇ ਇੰਤਕਾਲ ਕਰਾ ਲਿਆ। ਇਹ ਤ੍ਰਿਸ਼ਨਾ ਵੱਡਾ ਰੋਗ, ਸਭ ਤੋਂ ਵੱਡਾ। ਹੁਣ ਇੰਨੀ ਗੱਲ ਇੱਕ ਸਮਝਿਓ, ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਵੱਡਾ ਕਿਉਂ ਕਿਹਾ? ਕੋਈ ਕਾਰਨ ਹੈ ਨਾ, ਕਿਸੇ ਨੂੰ ਐਵੇਂ ਥੋੜ੍ਹਾ ਵੱਡਾ ਕਿਹਾ ਜਾ ਸਕਦਾ, ਕੋਈ ਕਾਰਨ ਹੁੰਦਾ ਨਾ। ਇਹਦਾ ਕਾਰਨ ਸੁਣ ਲਓ, ਹੁਣ ਬਚਣਾ ਬਚਦੇ ਹੋ। ਇਹਨੂੰ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ ਵੱਡਾ ਰੋਗ ਕਹਿ ਰਹੇ ਨੇ, ਕਿਉਂ? ਇਹ ਜਿੱਦਣ ਤੋਂ ਲੱਗ ਗਏ ਨੇ ਵਧੀ ਜਾਣਾ, ਘਟਣਾ ਨਹੀਂ ਹੈ, ਅੱਜ ਕੇ ਆਖੋ ਸਤ, ਇਹ ਵੱਡਾ ਹੋਊਗਾ, ਇਹਨੇ ਘਟਣਾ ਨਹੀਂ। ਪਰਥਰੀ ਮਹਾਰਾਜ ਜੋਗੀ ਰਾਜ, ਜੋਗੀਆਂ ਦਾ ਜੋਗੀ, ਰਾਜਿਆਂ ਦਾ ਰਾਜਾ ਸੀ ਪਰਥਰੀ। ਜਿੱਦਣ ਉਹ ਜੋਗੀ ਬਣਿਆ ਨਾ ਗੁਰਮੁਖੋ, 260 ਰਾਣੀਆਂ ਸੀ ਉਹਦੇ, ਤੇ 9 ਕਰੋੜ ਦੇ ਹੀਰੇ ਉਹਦੇ ਖਜ਼ਾਨੇ ਵਿੱਚ ਜਮ੍ਹਾਂ ਸੀ, 9 ਕਰੋੜ ਦੇ ਹੀਰੇ। ਇਹ ਕਰੋੜ ਅੱਜ ਕੱਲ੍ਹ ਦਾ ਨਾ ਸਮਝਿਓ, ਨਾ ਨਾ, ਮੇਰੇ ਆਂਡਿਆਂ ਨੂੰ ਤਾਂ ਪਤਾ ਹੈ ਕਿ ਅਸੀਂ ਵੀ ਉਹ ਦਿਨ ਦੇਖੇ ਹੈ, ਪਿੰਡ 'ਚ 100 ਦਾ ਨੋਟ ਨਹੀਂ ਸੀ ਹੁੰਦਾ, ਆਖੋ ਸਤ, ਤੁਸੀਂ ਹੈਰਾਨ ਹੋ ਜਾਣਾ ਜੇ ਮੈਂ ਆਪਣੀ ਗੱਲ ਦੱਸਾਂ।
ਜਦੋਂ ਦਾਸ ਅਖੰਡ ਪਾਠਾਂ 'ਚ ਸ਼ਾਮਿਲ ਹੋਣ ਲੱਗੇ ਹੈ ਨਾ, 5 ਰੁਪਈਏ ਪੂਜਾ ਸੀ ਗ੍ਰੰਥੀ ਦੀ। ਬਜ਼ੁਰਗ ਬੈਠੇ ਹਨ, ਦੇਖੇ ਇਹਨਾਂ ਨੇ, 5 ਦਾਸ ਨੇ 5 ਰੁਪਈਏ ਭੇਟਾ ਲਈ ਹੈ ਅਖੰਡ ਪਾਠ ਸਾਹਿਬ। ਅਤੇ ਉਦੋਂ ਅਖੰਡ ਪਾਠ ਵੀ 4 ਦਿਨ 'ਚ ਹੁੰਦਾ ਸੀ, 3 ਦਿਨ 'ਚ ਨਹੀਂ। ਹੁਣ ਇਹਦਾ ਸਪਸ਼ਟੀਕਰਨ ਲੈ ਲਓ, ਨਹੀਂ ਤੁਸੀਂ ਫੋਨ ਖੜਕਾ ਦੇਣਾ ਵੀ ਕਿਹੜਾ ਅਖੰਡ ਪਾਠ ਹੈ ਜਿਹੜਾ 4 ਦਿਨ 'ਚ ਹੁੰਦਾ। 4 ਦਿਨ ਜਿੱਥੇ ਅਖੰਡ ਪਾਠ ਜਾਣਾ ਕਰਨਾ ਹੁੰਦਾ ਸੀ, 1 ਦਿਨ ਪਹਿਲਾਂ ਗ੍ਰੰਥੀਆਂ ਨੂੰ ਜਾਣਾ ਪੈਂਦਾ ਸੀ ਰਾਤ, ਦੂਏ ਦਿਨ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ, ਆਸਾ ਦੀ ਵਾਰ ਦਾ ਕੀਰਤਨ, ਅਤੇ 5 ਗ੍ਰੰਥੀ ਹਾਜ਼ਰ ਖੜ੍ਹੇ ਹੋਣਗੇ ਤਾਂ ਅਰਦਾਸ ਹੁੰਦੀ ਸੀ ਆਰੰਭ। ਅਤੇ ਗ੍ਰੰਥੀਆਂ ਦੇ ਇੱਥੇ ਗਾਨਾ ਬੰਨ ਦਿੰਦੇ ਸੀ ਖੰਮਣੀ, ਕਿਉਂ? ਜਦ ਤੱਕ ਸਮਾਪਤੀ ਨਹੀਂ ਹੋ ਜਾਂਦੀ ਤੂੰ ਪਿੰਡ ਦੇ ਬੰਨੇ ਤੋਂ ਬਾਹਰ ਨਹੀਂ ਜਾ ਸਕਦਾ ਅਖੰਡ ਪਾਠ। ਗੁੱਸਾ ਨਾ ਕਰਿਓ, ਤੁਹਾਡੇ ਵਾਲਾ ਕੰਮ ਨਹੀਂ ਵੀ ਫਲਾਵਰ ਗੋਭੀ ਵੇਚ ਆਇਆ ਲੁਧਿਆਣੇ, ਆ ਕੇ ਅਖੰਡ ਪਾਠ ਦੀ ਰੌਲ ਲਾਤੀ। ਫਗਵਾੜੇ ਸਾਰਾ ਦਿਨ ਚੂੜੀਆਂ ਵੇਚਦਾ ਰਿਹਾ, ਗ੍ਰਾਹਾਂ ਜਾ ਕੇ ਅਖੰਡ ਪਾਠ ਦੇ ਤਾਬੇ ਬੈਠ ਗਿਆ। ਦੇਖੋ ਸਾਡੇ ਅਖੰਡ ਪਾਠ ਨਾ ਹੋਣਾ, ਨਾ ਵਸਤਰ ਬਦਲਣੇ, ਨਾ ਕੋਈ ਸਤਿਕਾਰ ਗੁਰਸਿੱਖ ਪਿਆਰੇ। ਤਾਂ ਹੀ ਤਾਂ ਕਰਾਈ ਜਾਓ, ਲੱਖਾਂ ਹੁੰਦੇ ਹੈ ਲੜੀਆਂ, ਕਿਤੇ 500, ਕਿਤੇ 1100, ਕਿਤੇ 2100। ਕੰਮ ਅੱਗੇ ਨਾਲ ਵੀ ਵਿਗੜਦਾ ਜਾਂਦਾ ਹੈ। ਅੱਜ ਕੇ ਆਖੋ ਸਤਨਾਮ ਕੁ, ਮੈਨੂੰ ਦੱਸੋ ਵੀ ਸੁਧਰਦਾ ਹੈ ਕੰਮ ਕਿ ਵਿਗੜਦਾ ਹੈ? ਮਰਜ਼ਾਦਾ ਤੋਂ ਬਿਨਾਂ ਨਹੀਂ ਕੰਮ ਚੱਲੇ ਕਰਦਾ ਗੁਰਸਿੱਖ ਪਿਆ। ਕਾਰਾਂ ਤੁਹਾਨੂੰ ਰੱਬ ਨੇ ਦਿੱਤੀਆਂ, ਨਿਸ਼ਾਨ ਦਿੱਤੀ ਹੈ, ਟੋਇਟਾ ਦਿੱਤੀ ਹੈ, ਮਰਸਰੀ ਦਿੱਤੀ ਹੈ। ਮਹਿੰਗੀ ਤੋਂ ਮਹਿੰਗੀ ਕਾਰ ਲੈ ਲਿਓ 50,000 ਦੀ, 80,000 ਦੀ, ਉਹਦੇ 80,000 ਤੇ ਡਿਪੈਂਡ ਨਹੀਂ ਹੈ ਚੱਲਣਾ, ਮਰਜ਼ਾਦਾ 'ਤੇ ਡਿਪੈਂਡ ਹੈ। ਜੇ ਤਾਂ ਮਰਜ਼ਾਦਾ ਨਾਲ ਚਲਾਵੇਂਗਾ ਤਾਂ 5,000 ਦੀ ਪੁਰਾਣੀ ਓ 80 ਮਾਡਲੇ ਘੁੰਮਾ ਦੂਗੀ ਤੈਨੂੰ, ਟੋਰੰਟੋ, ਐਡਮਿੰਟਨ ਜਾਏ, ਕੈਲਗਰੀ ਜਾਏ। ਪਰ ਜੇ ਮਰਜ਼ਾਦਾ ਤੋੜੀ ਫਿਰ 80,000 ਦੀ ਕਾਰ ਵੀ ਕਿਸੇ ਹਸਪਤਾਲ ਪਹੁੰਚਾਊਗੀ। ਅੱਜ ਕੇ ਆਖੋ ਸਰ, ਮਰਜ਼ਾਦਾ 'ਤੇ ਡਿਪੈਂਡ ਹੈ ਕਿਵੇਂ ਚੀਜ਼ ਵਰਤਦੇ ਤੂੰ ਗੁਰਸਿੱਖ ਪਿਆਰ। ਅਸੀਂ ਉਹ ਮਰਜ਼ਾਦਾ ਵਿੱਚ ਨਹੀਂ ਰਹੇ। 5 ਰੁਪਈਏ ਭੇਟਾ ਮਿਲਦੀ ਸੀ, ਮੁੱਕਦੇ ਹੀ ਨਹੀਂ ਸੀ। ਕੱਪੜੇ ਸਵਾ ਲੈਣੇ, ਘਰਦਿਆਂ ਦਾ ਸਮਾਨ ਲਿਆਉਣਾ, ਗਰੋਸਰੀ ਲਿਆਉਣੀ, ਫਿਰ ਵੀ 3 ਰੁਪਈਏ ਬਚ ਜਾਂਦੇ ਸੀ। ਹੁਣ ਪੰਜਾਬ ਵਿੱਚ ਗ੍ਰੰਥੀ ਨੂੰ ਮਿਲਦਾ 600-700, ਥੱਬਾ ਹੀ ਦਿਖਦਾ ਤੁਹਾਨੂੰ 700, ਊਈਂ ਦਿਖਦੇ ਹੀ ਹੈ, ਸਾਈਕਲ ਦੀ ਟਾਇਰ ਟਿਊਬ ਵੀ ਨਹੀਂ ਪੈਂਦੀ। ਅੱਜ ਕੇ ਆਖੋ ਸਤਨਾਮ, ਬਸ ਇਹ ਤਾਂ ਦਿਖਾਵਾ ਰਹਿ ਗਿਆ, ਸਭ ਕੁਝ ਗੁਰਸਿੱਖ ਪਿਆ। 9 ਕਰੋੜ ਦੇ ਹੀਰੇ ਪਰਥਰੀ ਦੇ ਖਜ਼ਾਨੇ ਵਿੱਚ ਜਮ੍ਹਾਂ ਸੀ ਉਸ ਸਮੇਂ ਦਾ, 9 ਕਰੋੜ, 260 ਰਾਣੀਆਂ ਪਰਥਰੀ ਦੇ ਘਰ ਸੀ ਰਹੇ। ਇਹ ਰਾਜਾ ਨਹੀਂ ਸੀ, ਰਾਜਿਆਂ ਦੇ ਉੱਪਰ ਰਾਜਾ ਸੀ। ਯੋਗ ਵੀ ਇਹਨੇ ਪਤਾ ਕਿਹੋ ਜਿਹਾ ਕੀਤਾ, 3 ਵਾਰ ਗੁਰੂ ਨਾਨਕ ਦੇਵ ਇਹਨੂੰ ਮਿਲਣ ਗਏ ਖੁਦ, 1 ਵਾਰ ਭਾਈ ਗੁਰਦਾਸ ਜੀ ਮਿਲਣ ਗਏ, ਗੋਸ਼ਟੀ ਕੀਤੀ। ਗੁਰਸਿੱਖ ਪਿਆਰਿਓ, ਐਸੀ ਅਵਸਥਾ, 3 ਵਾਰ ਗੁਰੂ ਨਾਨਕ ਦੇਵ ਮਹਾਰਾਜ ਪਰਥਰੀ ਨੂੰ ਮਿਲੇ। ਉਹ 3 ਚੀਜ਼ਾਂ ਵਿੱਚ ਨੇ ਜੇ ਪੜ੍ਹਨੀਆਂ ਹੋਣ, 3 ਗੋਸ਼ਟੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਐਡੀ ਵੱਡੀ ਪਦਵੀ ਪਰਥਰੀ ਨੂੰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਨੇ, ਸਿਮਰਨ ਸਾਰੇ ਕਰਦੇ ਨੇ, ਸਾਰਿਆਂ ਦੀ ਗਿਣਤੀ ਕੀਤੀ ਹੈ, ਸਵੱਈਏ ਮਹੱਲੇ ਪਹਿਲੇ ਕੇ ਪਹਿਲਾ ਪੜ੍ਹੋ, ਸਾਰਿਆਂ ਦਾ 9 ਲਿਖਤਾ। ਪਿਛਲੀ ਤੁਕ ਵਿੱਚ 9 ਹੈ ਬਲ ਰਾਜੇ ਦਾ, ਉਸ ਤੋਂ ਗਾਹਾਂ 9 ਹੈ ਪਰਥਰੀ ਦਾ। ਬਲ ਰਾਜਾ 7ਵੇਂ ਪਤਾਲ ਵਿੱਚ ਸਿਮਰਨ ਕਰ, ਅਤੇ ਪਰਥਰੀ ਇਹਦੇ ਸਿਮਰਨ ਦੀ ਗੁਣ ਅਤੇ ਕੀਮਤ ਦੇਖੋ ਕੀ ਹੈ। ਗੁਣ ਗਾਵੇ ਬਲ ਰਾਓ ਸਪਤ ਪਾਤਾਲ ਬਸੰਤੋ, ਪਰਥਰ ਗੁਣ ਉਚਰੇ ਸਦਾ ਗੁਰ ਸੰਗ ਰਹੰਤੋ। ਇਹ ਗੁਣ ਕਿਸੇ ਵਿਰਲੇ 'ਚ ਹੁੰਦੇ। ਪੱਟ ਸਵਈਆਂ ਵਿੱਚ ਬਚਨ ਕਰਦੇ ਨੇ, ਪਰਥਰੀ ਵਾਹਿਗੁਰੂ ਦਾ ਜਸ ਕਰਦਾ, ਕਰਦਾ ਕਿਵੇਂ ਹੈ,
ਗੁਰੂ ਨੂੰ ਆਪਣੇ ਕੋਲ ਸਮਝ ਕੇ ਅੱਜ ਕੇ ਆਖੋ ਸਤਿਨਾਮ। ਸਦਾ ਗੁਰ ਸੰਗ ਸਮਾਪਤੀ। ਇੱਕ ਮਿੰਟ ਰਹਿੰਦਾ, ਮੈਂ ਤੁਹਾਨੂੰ ਇੱਕ ਗੱਲ ਪੁੱਛ ਕੇ ਸਮਾਪਤੀ ਕਰ ਦੇਣੀ ਹੈ ਕਿ ਜਦੋਂ ਤੁਸੀਂ ਜਪਜੀਤ ਸਾਹਿਬ ਪੜ੍ਹਦੇ ਹੋ ਗੁਰੂ ਨਾਨਕ ਕੋਲ ਹੁੰਦਾ, ਸੁਖਮਨੀ ਸਾਹਿਬ ਪੜ੍ਹਦੇ ਹੋ ਪੰਜਵੇਂ ਪਾਤਸ਼ਾਹ ਕੋਲ ਹੁੰਦਾ, ਜਾਪ ਸਾਹਿਬ ਪੜ੍ਹਦੇ ਹੋ ਗੁਰੂ ਗੋਬਿੰਦ ਸਿੰਘ ਜੀ ਕੋਲ ਹੁੰਦੇ, ਕੀ ਲੋੜ ਹੈ? ਘਰ ਦੇ ਸਾਰੇ ਕੋਲ ਸਤਿਨਾਮ ਕੀ ਲੈਣਾ ਉਹਨੇ? ਤਾਂ ਹੀ ਤੇ ਗੱਲ ਨਹੀਂ ਬਣੀ। ਪਰਥਰ ਗੁਣ ਉਚਰੇ ਸਦਾ ਗੁਰ ਸੰਗ ਰਹੰਤੋ, ਆਪਣੇ ਅੰਗ ਸੰਗ ਸਮਝ ਕੇ ਗੁਰ ਮੇਰੇ ਸੰਗ ਸਦਾ। ਇੰਨਾ ਕੁਝ ਛੱਡ ਕੇ ਜੋਗੀ ਬਣਿਆ ਸੀ ਪਰਥਰੀ, ਇੱਥੋਂ ਹੀ ਬਚਨ ਕੱਲ੍ਹ ਦੇ ਸਮੇਂ ਵਿੱਚ ਤੁਹਾਡੇ ਚਰਨਾਂ ਵਿੱਚ ਗੁਰਮੁਖ ਆ ਗਏ ਨੇ, ਉਹਨਾਂ ਤੋਂ ਆਪਾਂ ਨੇ ਹਰ ਜਸ ਸਰਵਣ ਕਰਨੇ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।